ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੇ ਤੁਹਾਨੂੰ ਇਹ ਪੁੱਛਣਾ ਸੀ, ਤੁਸੀਂ ਕਈ ਦਿਨ ਤੋਂ ਲਗਾਤਾਰ ਹਾਂਜੀ ਭਾਨਾ ਸਿੱਧੂ ਅਤੇ ਉਹਦੀ ਸਿਸਟਰ ਦੇ ਖਿਲਾਫ ਵੀਡੀਓਜ਼ ਪਾ ਰਹੇ ਹੋ ਕਿ ਉਹ ਉਹਨਾਂ ਨੇ ਤੁਹਾਡੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਹੈ ਨਾ, ਤੇ ਤੁਹਾਡੇ ਦਾਦਾ ਜੀ ਅਤੇ ਫਾਦਰ ਸਾਹਿਬ ਦਾ ਕਤਲ ਕਰ ਦਿੱਤਾ ਗਿਆ ਸੀ, ਉਹ ਕੀ ਹੈ ਜੀ ਪੂਰਾ ਮਾਮਲਾ? ਹਾਂਜੀ 2015 ਦੀ ਗੱਲ ਹੈ। ਹਾਂਜੀ ਉਦੋਂ ਮੇਰੇ ਦਾਦਾ ਜੀ ਹੈਗੇ ਆ, ਡੇਰਾ ਇੱਕ ਹੈ, ਡੇਰਾ ਬਾਬਾ ਠੰਡੀ ਰਾਮ ਪਟਿਆਲੇ, ਉਹਦੇ ਮਹੰਤ ਸੀਗੇ। ਤੇ ਅੱਛਾ ਜਿਹੜੇ 22 ਕਿੱਲਿਆਂ ਦੀ ਆਪਾਂ ਗੱਲ ਕਰਦੇ ਆ, ਉਹਨਾਂ ਦਾ ਕੇਸ ਉਹ ਜਿੱਤੇ ਸੀਗੇ। ਉਹਦੇ ਤੇ ਨਜਾਇਜ਼ ਕਾਬਜ਼ ਸੀਗੀ ਸ਼ਮਸ਼ੇਰ ਕੌਰ, ਜਿਹੜੀ ਮੇਰੀ ਦਾਦੀ ਹੋਈ ਲੱਗਦੀ ਹੈ, ਤੇ ਉਹਦੇ ਨਾਲ ਵਾਲੇ ਹਾਂਜੀ ਜਿਹੜੇ ਵੀ ਹੈਗੇ ਸੀ, ਤੇ ਪਾਲ ਕੌਰ ਉਨੀ ਹੈ ਨਾ, ਅੱਛਰ ਸਿੰਘ ਪਾਲ ਕੌਰ ਉਨੀ, ਤੇ ਉਹ ਕੇਸ ਜਿੱਤ ਗਏ 2015 ਦੇ ਵਿੱਚ। 2015 ਚ ਐਗਜੀਕਿਊਸ਼ਨ ਪ੍ਰੋਸੀਡਿੰਗ ਸੀਗੀ ਵੀ ਆਪਾਂ ਕਬਜ਼ਾ ਲੈਣਾ ਸੀਗਾ ਮਹੰਤ ਜੀ ਨੇ, ਨਿਰਮਲ ਦਾਸ ਜੀ ਨੇ, ਮੇਰੇ ਦਾਦਾ ਜੀ ਨੇ। ਤਾਂ ਇਹਨਾਂ ਨੂੰ ਪਤਾ ਸੀ ਵੀ ਹੁਣ ਇਹਨਾਂ ਨੇ ਕਬਜ਼ਾ ਲੈਣਾ, ਕੇਸ ਜਿੱਤ ਚੁੱਕੇ ਨੇ। ਤਾਂ ਇਹਨਾਂ ਨੇ ਪੂਰੀ ਪਲੈਨਿੰਗ ਨਾਲ ਪਲੈਨਿੰਗ ਬਣਾ ਕੇ ਮੇਰੇ ਦਾਦਾ ਜੀ ਤੇ ਪਿਤਾ ਜੀ ਦਾ ਮਰਡਰ ਕਰਤਾ ਸੀਗਾ, ਡਬਲ ਮਰਡਰ 2015 ਦੇ ਵਿੱਚ। ਤੇ ਹਾਂਜੀ ਬਸ ਫਿਰ ਕਿਉਂਕਿ ਕੇਸ ਮੇਰੇ ਦਾਦਾ ਜੀ ਜਿੱਤੇ ਸੀ, ਫਿਰ ਮੁੜ ਕੇ ਫਿਰ ਮੇਰੇ ਦਾਦਾ ਜੀ ਨੇ ਅੱਗੇ ਚੇਲੀ ਬਣਾਏ ਹੋਏ ਸੀ, ਜਿਹੜੇ ਮਹੰਤ ਹੈ, ਸਿਰਫ ਉਹਨਾਂ ਨੂੰ ਹਾਂਜੀ ਹੱਕ ਹੁੰਦਾ ਹੈ ਆਪਣੀ ਮਤਲਬ ਚੇਲੀ ਬਣਾ ਲਓ, ਹੈ ਨਾ, ਅੱਗੇ ਚੇਲਾ ਜਾਂ ਹਾਂਜੀ ਚੇਲੀ। ਮੇਰੇ ਪਿਤਾ ਜੀ ਤੇ ਮੇਰੀ ਮਾਤਾ ਜੀ ਦੋਨਾਂ ਨੂੰ ਬਣਾਏ ਹੋਏ ਸੀ, ਕਿਉਂਕਿ ਉਹੀ ਡੇਰੇ ਦੀ ਸਾਂਭ ਸੰਭਾਲ ਕਰਦੇ ਸੀਗੇ, 35 ਸਾਲਾਂ ਤੋਂ ਮੇਰੇ ਦਾਦਾ ਜੀ ਨਾਲ ਉਹੀ ਰਹਿੰਦੇ ਸੀਗੇ। ਤੇ ਮੇਰੇ ਪਿਤਾ ਜੀ ਦਾ ਕਤਲ ਹੋ ਗਿਆ ਨਾਲੇ, ਤਾਂ ਫਿਰ ਮੇਰੀ ਮਾਤਾ ਜੀ ਨੂੰ ਬਣਾਇਆ ਹੋਇਆ, ਹਾਂਜੀ ਮਾਤਾ ਜੀ ਨੂੰ ਬਣਾਇਆ ਹੋਇਆ ਸੀਗਾ। ਫਿਰ ਪ੍ਰੋਸੀਡਿੰਗਸ ਚੱਲੀਆਂ, ਉਹ ਕੇਸ ਦੇ ਵਿੱਚ ਅਸੀਂ ਆਪਣਾ ਪੱਖ ਰੱਖਿਆ ਅਦਾਲਤ ਦੇ ਅੱਗੇ। ਤੇ 2019 ਦੇ ਵਿੱਚ ਆਪਾਂ ਨੂੰ ਆਪਾਂ ਕਿਹਾ ਵੀ ਚਲੋ ਇਹ ਜ਼ਮੀਨ ਤੇ ਆਪਾਂ ਕਬਜ਼ਾ ਨਹੀਂ ਲੈ ਸਕਦੇ, ਹੈ ਨਾ, ਕਿਉਂਕਿ ਬੀਇੰਗ ਲੇਡੀਜ਼ ਮੇਰੇ ਮੰਮਾ ਸੀਗੇ ਤੇ ਮੇਰਾ ਬ੍ਰਦਰ ਹੈ ਨਹੀਂ, ਅਸੀਂ ਦੋ ਭੈਣਾਂ ਸੀਗੀਆਂ। ਤਾਂ ਚਲੋ ਅਸੀਂ ਆਪਣੀ ਖੇਤੀ ਕਰ ਰਹੇ ਸੀ, ਅਸੀਂ ਕਿਹਾ ਵੀ ਇਹਦੇ ਤੇ ਰਿਸੀਵਰ ਲਵਾ ਦਿੰਦੇ ਹਾਂ। ਹਾਂਜੀ ਉਹ 22 ਕਿੱਲਿਆਂ ਤੇ 2019 ਵਿੱਚ ਰਿਸੀਵਰ ਲੱਗ ਗਿਆ ਕੋਰਟ ਵੱਲੋਂ। ਠੀਕ ਹੈ। ਤੇ 2000 ਹੁਣ ਤੁਸੀਂ ਇਹ ਦੇਖੋ, 2015 ਦੇ ਵਿੱਚ ਅਸੀਂ ਕੇਸ ਜਿੱਤੇ ਮੇਰੇ ਦਾਦਾ ਜੀ ਹੁਣੇ, ਹਾਂਜੀ ਤੇ 2015 ਤੋਂ 2019 ਇਹਨਾਂ ਨੇ ਭਾਨਾ ਸਿੱਧੂ ਤੇ ਪਾਲ ਕੌਰ ਨੇ, ਇਹ ਵੀ ਇੱਕ ਤਰੀਕੇ ਦੇ ਨਜਾਇਜ਼ ਕਾਬਜ਼ ਹੀ ਸੀ, ਇਹਨਾਂ ਕੋਲ ਕੋਈ ਰਾਈਟ ਤਾਂ ਨਹੀਂ ਸੀ ਉੱਥੇ ਬੈਠਣ ਦਾ, ਚਲੋ ਜੋ ਵੀ ਆ ਉਹ ਲੰਘਿਆ, ਅਸੀਂ ਕੁਝ ਨਹੀਂ ਸੀ ਕਰ ਸਕਦੇ, ਹੈ ਨਾ। ਤੇ ਇਹ 2015 ਤੋਂ ਪਹਿਲਾਂ 2019, ਹੁਣ 19 ਦੇ ਵਿੱਚ ਰਿਸੀਵਰ ਲੱਗ ਗਿਆ ਤੇ ਕੋਰਟ ਨੇ ਲਾਇਆ, ਤਾਂ ਫਿਰ ਉਦੋਂ ਬਾਅਦ ਕੋਰਟ ਦੇ ਆਰਡਰਸ ਦੀ ਤਾਂ ਪਾਲਣਾ ਕਰਨੀ ਪੈਣੀ ਸੀਗੀ ਜਿਹੜੇ ਵੀ ਹੈਗੇ ਆ। ਤਾਂ ਹੁਣ ਉਹ ਜਿਹੜੇ 22 ਕਿੱਲੇ ਨੇ, ਹਰ ਸਾਲ ਉਹ ਬੋਲੀ ਤੇ ਚੜ੍ਹਦੇ ਨੇ, ਠੀਕ ਹੈ ਜੀ। ਤੇ ਉਹ ਬੋਲੀ ਦੀਆਂ ਸ਼ਰਤਾਂ ਦੇ ਵਿੱਚ ਸਪੈਸੀਫਿਕਲੀ ਲਿਖਿਆ ਵੀ ਕਿ ਆਹ ਪਾਰਟੀ ਜਿਹੜੀ ਹੈਗੀ ਆ, ਕੇਸ ਹਾਰਿਆ ਹੋਇਆ ਜਿਹਨੇ, ਵੀ ਉਹ ਜ਼ਮੀਨ ਲੈ ਨਹੀਂ ਸਕਦੀ ਕਬਜ਼ੇ, ਮਤਲਬ ਠੇਕੇ ਤੇ ਲੈ ਨਹੀਂ ਸਕਦੀ ਜ਼ਮੀਨ। ਕਿਹੜੇ ਪਿੰਡ ਦੀ ਜ਼ਮੀਨ ਆ ਜੀ? ਇਹ ਉਹ ਪਿੰਡ ਤੇਜਾ ਪੈਂਦਾ ਹੈ, ਬਲਾਕ ਪੈਂਦਾ ਆਪਾਂ ਨੂੰ ਭੁੰਨਰ ਹੈੜੀ ਪਟਿਆਲਾ ਜ਼ਿਲ੍ਹਾ। ਹਾਂਜੀ ਜੇ ਜਿਹੜੀ ਜਮਾਬੰਦੀ ਫਰਦ ਹੁੰਦੀ ਜੀ ਆ ਉਹਦੇ ਤੇ, ਜਿਹੜੀ ਭਾਨਾ ਸਿੱਧੂ ਦੀ ਸਿਸਟਰ ਆ, ਕੀ ਨਾਮ ਆ, ਪਾਲ ਕੌਰ, ਪਾਲ ਉਹਨਾਂ ਦਾ ਕੌਰ ਨਾਮ ਹੈਗਾ ਜੀ ਜਮਾਬੰਦੀ ਦੇ ਨਹੀਂ, ਵਿੱਚ? ਜਮਾਬੰਦੀ ਤੇ ਬਿਲਕੁਲ ਵੀ ਨਹੀਂ, ਇਹਨਾਂ ਦਾ ਇੱਕ ਵੀ ਜਗ੍ਹਾ ਤੇ ਇਹਨਾਂ ਦਾ ਪਾਲ ਕੌਰ ਦਾ ਨਾਂ ਕੋਈ ਨਹੀਂ ਹੈਗਾ। ਸਾਰੀ ਜ਼ਮੀਨ ਡੇਰੇ ਦੇ ਨਾਂ ਮੇਰੇ ਦਾਦਾ ਜੀ ਦੇ ਨਾਂ, ਮੇਰੇ ਪਿਤਾ ਜੀ ਦੇ ਨਾਂ, ਹੈ ਨਾ, ਤੇ ਬਾਕੀ ਹਾਂਜੀ ਕੁਝ ਮਤਲਬ ਦੇਖਿਆ ਹੀ ਹੋਣਾ ਵੀ ਦਾ ਬਾਕੀ ਕਹਿਣਾ ਹੈ ਕਿ ਇਹਨਾਂ ਨੇ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਬਿਲਕੁਲ ਉੱਥੇ ਨਾ। ਧੱਕੇ ਨਾਲ ਹੈ, 420 ਕਰੀ ਹੋਈ ਹੈ ਇਹਨਾਂ ਨੇ, ਕਿਉਂਕਿ ਇਹ ਲੈ ਹੀ ਨਹੀਂ ਸਕਦੇ ਉਹ ਜ਼ਮੀਨ ਠੇਕੇ ਤੇ, ਪਰ ਇਹ ਅੰਦਰੋਂ ਗਤੀ ਬੋਲੀ ਕਰਵਾ ਕੇ। ਤੇ ਇੱਕੋ ਗੱਲ ਹੋਰ ਹੈ ਵੀ ਇੱਥੇ 50,000 ਨੂੰ ਘੱਟੋ ਘੱਟ ਕਿੱਲਾ ਚੜ੍ਹਦਾ ਪੰਚਾਇਤੀ, ਸਾਡੀ ਪਿੰਡ 'ਚ ਇਹ ਹਾਂਜੀ ਲੈਂਦੇ ਨੇ 20,000 ਨੂੰ ਕਿੱਲਾ। ਤੇ ਠੀਕ ਇਹ ਆ। ਬੋਲੀ ਜਿਹੜੀ ਹੋਣੀ ਚਾਹੀਦੀ ਹੈ ਖੁੱਲੀ ਹੋਣੀ ਚਾਹੀਦੀ ਹੈ, ਮਤਲਬ ਪਬਲਿਕਲੀ ਹੋਣੀ ਚਾਹੀਦੀ ਹੈ, ਕੋਈ ਵੀ ਬੰਦਾ ਆਏ ਬੋਲੀ ਦੇ। ਤੇ ਨਿਰਪੱਖ ਬੋਲੀ ਹੁੰਦੀ ਹੈ ਅੰਦਰ ਹੋਣੀ ਚਾਹੀਦੀ। ਦਫ਼ਤਰਾਂ ਦੇ ਵਿੱਚ ਬਹਿ ਕੇ, ਠੀਕ ਹੈ। ਹਾਂਜੀ ਤਾਂ ਉਹ ਬੋਲੀ ਦੇ ਵਿੱਚ ਤੁਸੀਂ ਪਿਛਲੇ 3 ਸਾਲ ਦੇ 4 ਸਾਲ ਦੇ ਕਾਗਜ਼ ਚੱਕ ਕੇ ਦੇਖੋਗੇ ਤਾਂ ਸੇਮ ਹੀ ਬੰਦੇ ਆਉਂਦੇ ਨੇ, ਜਿਹੜੇ ਸਾਡੇ ਐਂਟੀ ਪਾਰਟੀ ਦੇ ਨੇ ਹੈਗੇ, ਇਹਨਾਂ ਦੇ ਨਾਲ ਹੈਗੇ ਬੰਦੇ 2-4 ਜੋ ਵੀ ਆ, ਉਹ ਸੇਮ ਹੀ ਬੰਦੇ ਗਵਾਹ, ਸੇਮ ਹੀ ਬੰਦੇ ਬੋਲੀ ਦੇਣ ਵਾਲੇ, ਕਿਉਂਕਿ ਉਹਨਾਂ ਦੇ ਸਾਇਨ ਇਹ ਉੱਥੇ ਬਿਠਾ ਕੇ ਇਹਨਾਂ ਤੋਂ ਕਰਵਾ ਲੈਂਦੇ ਨੇ 20,000 ਦੇ ਵਿੱਚ ਕਿੱਲੇ ਦੀ ਇਹ ਬੋਲੀ ਲੈ ਹਾਂਜੀ ਕੇ ਕਿਸੇ ਹੋਰ ਦੇ ਨਾਂ, ਕਿਉਂਕਿ ਇਹ ਆਪਣੇ ਨਾਂ ਤਾਂ ਲੈ ਨਹੀਂ ਸਕਦਾ ਭਾਨਾ ਸਿੱਧੂ ਜਾਂ ਪਾਲ ਕੌਰ ਜਾਂ ਕੋਈ ਵੀ ਇਹਨਾਂ ਦੇ ਪਰਿਵਾਰ ਦਾ, ਕਿਸੇ ਹਾਂਜੀ ਹੋਰ ਥਰਡ ਪਰਸਨ ਦੇ ਨਾਮ ਲੈ ਕੇ ਇਹ ਉੱਥੇ ਹਲੇ ਵੀ ਬੈਠੇ ਆ। ਚਲੋ ਬੈਠੇ ਸੀਗੇ, ਬੈਠੇ ਬੈਠੇ ਇਹ ਸਾਨੂੰ ਤੰਗ ਕਰਨ ਲੱਗੇ ਹੁਣ, ਇਹ ਕਹਿੰਦੇ ਆ ਜਦੋਂ ਸਾਨੂੰ। ਹਾਂਜੀ 2 ਕਿੱਲੇ
ਯਾਰ 15 ਦੇ ਵਿੱਚ ਮਰਡਰ ਹੋਇਆ ਤੁਹਾਡੇ ਦਾਦਾ ਜੀ ਤੇ ਪਿਤਾ ਜੀ ਦਾ, ਜੀ ਉਹ ਕਤਲ ਦੇ ਵਿੱਚ ਮਤਲਬ ਕੌਣ ਕੌਣ ਸੀਗਾ ਮੇਨ? ਕਤਲ ਦੇ ਵਿੱਚ ਸ਼ਮਸ਼ੇਰ ਕੌਰ ਜਿਹੜੀ ਮੇਰੀ ਦਾਦੀ ਹੈ ਉਹ ਲੱਗ ਰਹਿੰਦੀ ਸੀਗੀ ਮੇਰੇ ਦਾਦਾ ਜੀ ਤੋਂ, 30 ਸਾਲ 35 ਸਾਲ ਅੱਛਾ ਦੀ ਲੱਗ ਰਹਿ ਰਹੀ ਸੀ। ਇੱਕ ਜਿਹੜੇ ਹਾਂਜੀ ਬੰਦੇ ਨਾਲ ਉਹ ਰਹਿੰਦੀ ਸੀਗੀ ਚਤਰ ਸਿੰਘ ਸੀਗਾ ਉਹਦਾ ਨਾਮ, ਉਹ ਭਾਨਾ ਸਿੱਧੂ ਦਾ ਮਾਮਾ ਹੀ ਲੱਗਦਾ, ਦੂਰ ਦਾ ਮਾਮਾ ਚਤਰ ਜਿਹੜੀ ਸਿੰਘ, ਭਾਨਾ ਸਿੱਧੂ ਸਿਸਟਰ ਉਹ ਤੁਹਾਡੀ ਕੀ ਲੱਗਦੀ? ਉਹ ਮੇਰੀ ਚਾਚੀ ਲੱਗਦੀ ਹੈ ਜੀ। ਅੱਛਾ, ਉਹਨਾਂ ਨੇ ਮਤਲਬ ਕੀਤਾ ਹਾਂਜੀ ਹਾਂਜੀ, ਤੇ ਉਹ ਵੀ ਫਿਰ ਮਾਮਾ, ਉਹ ਵੀ ਕੇਸ ਦੇ ਵਿੱਚ ਮਰਡਰ ਕੇਸ ਦੇ ਵਿੱਚ ਪਾਲ ਕੌਰ ਦਾ ਵੀ ਨਾਮ ਸੀਗਾ, ਮੇਰਾ ਚਾਚਾ ਜਿਹੜਾ ਅੱਛਰ ਸਿੰਘ ਉਹਦਾ ਨਾਮ, ਇੱਕ ਮੀਹਾ ਸਿੰਘ ਉਹ ਨੌਕਰ ਸੀਗਾ ਇਹਨਾਂ ਦਾ, ਉਹਦਾ ਨਾਮ ਸੀ, 5 ਬੰਦਿਆਂ ਦਾ ਸੀਗਾ। ਕੋਰਟ ਵੱਲੋਂ ਮਤਲਬ ਪਾਲ ਕੌਰ ਨੂੰ ਬਰੀ ਕਰਤਾ ਸੀਗਾ, ਦੋ ਜੀ ਮਤਲਬ ਜਿਹੜੀ 2007, ਭਾਨਾ ਸਿੱਧੂ ਹਾਂ ਸਿਸਟਰ, ਉਹਨੂੰ ਬਰੀ ਕਰਤਾ ਸੀਗਾ। ਬਸ ਉਦੋਂ ਹੀ ਮਰਡਰ ਤੋਂ ਬਾਅਦ ਹੀ 2015 ਤੋਂ ਇਹਨੇ ਪਟਿਆਲੇ ਆਉਣਾ ਜਾਣਾ ਸ਼ੁਰੂ ਕਰਤਾ, ਹਫਤੇ 4 ਦਿਨ ਇਹ ਪਟਿਆਲੇ ਰਹਿੰਦਾ ਹੈ ਨਾ, ਤੇ ਉਦੋਂ ਹਾਂਜੀ ਵੀ ਸਾਨੂੰ ਕਹਿੰਦਾ ਸੀ ਵੀ ਤੁਸੀਂ ਮਤਲਬ ਮਰਡਰ ਕੇਸ ਦੀਆਂ ਗਵਾਹੀਆਂ ਵਗੈਰਾ ਨਹੀਂ ਦੇਣੀਆਂ, ਉਦੋਂ ਤੋਂ ਇਹ ਲੱਗਿਆ ਹੋਇਆ ਵੀ ਕੇਸ ਲਓ, ਕੇਸ ਵਾਪਸ ਲਓ, ਮਰਡਰ ਕੇਸ ਦੀਆਂ ਗਵਾਹੀਆਂ ਨਹੀਂ ਦੇਣੀਆਂ ਹੈਗੀਆਂ ਤੁਸੀਂ ਫਿਰ, ਨਹੀਂ, ਬਟ ਭਾਨਾ ਹਾਂਜੀ ਸਿੱਧੂ ਆ ਜੋ ਹਾਂਜੀ ਹੁਣ ਕਈ ਲੋਕ ਕਹਿੰਦੇ ਜਦੋਂ ਹੁਣ ਭਾਨੇ ਸਿੱਧੂ ਦਾ ਕੇਸ ਆਇਆ ਵੀ ਇਹ ਕੁੜੀ ਹੁਣ ਬੋਲਣ ਲੱਗ ਗਈ, ਹਨਾ ਜੀ ਲੋਕ ਇਦਾਂ ਕਹਿੰਦੇ ਆ ਵੀ ਭਾਨਾ ਸਿੱਧੂ ਵੀ ਆਪਣੀ ਸਿਸਟਰ ਨਾਲ ਖੜ ਸਕਦਾ, ਵੀ ਉਹ ਆਪਣੀ ਜਗ੍ਹਾ ਸਹੀ ਆ, ਕੋਈ ਵੀ ਬ੍ਰਦਰ ਹੋਵੇ ਆਪਣੀ ਭੈਣ ਨਾਲ ਖੜ ਸਕਦਾ। ਤੁਸੀਂ ਕਿੱਦਾਂ ਦੇਖਦੇ ਹੋ ਭਾਨਾ ਸਿੱਧੂ ਕਿੱਦਾਂ ਦਾ ਬੰਦਾ ਹੈ? ਮੈਂ ਕਹਿੰਦੀ ਹਾਂ ਬਿਲਕੁਲ ਖੜਨਾ ਚਾਹੀਦਾ ਆਪਣੇ ਭਾਈ ਭੈਣਾਂ ਨਾਲ, ਬਟ ਉੱਥੇ ਖੜੇ ਹਾਂਜੀ ਹੋ ਨਾ ਜਿੱਥੇ ਤੁਹਾਡੇ ਭਾਈ ਭੈਣ ਸਹੀ ਹੋਣ। ਇਹ ਥੋੜੀ ਆ ਵੀ ਤੁਸੀਂ ਧੱਕੇ ਨਾਲ ਆਪਣੀ ਜਿਹੜੀ ਤੁਹਾਡੀ ਫੇਮ ਹੈ, ਤੁਹਾਡੀ ਪਾਵਰ ਹੈ, ਤੁਹਾਡੀ ਸੋਸ਼ਲ ਮੀਡੀਆ ਫੈਨ ਫੋਲੋਇੰਗ ਹੈ, ਉਹਦਾ ਤੁਸੀਂ ਗਲਤ ਇਸਤੇਮਾਲ ਕਰੋ, ਹੈ ਨਾ। ਹਾਂਜੀ ਭਾਨਾ ਸਿੱਧੂ ਨੂੰ ਮੈਂ ਹੁਣ ਲੋਕੀ ਜਾਣਨ ਲੱਗੇ ਨੇ, ਮੈਂ ਬਹੁਤ ਟਾਈਮ ਤੋਂ ਜਾਣਦੀ ਹਾਂ, 2015 ਤੋਂ ਇਹਨੇ ਆਣਾ ਜਾਣਾ ਸ਼ੁਰੂ ਕਰਤਾ ਸੀ, ਉਦੋਂ ਧਮਕੀਆਂ ਉਦੋਂ ਤੋਂ ਹੀ ਦੇ ਰਿਹਾ, ਇਹ ਬਹੁਤ ਕੁਛ ਇਹਨੇ ਸਾਡਾ ਉਦੋਂ ਖਰਾਬ ਇਹ ਕੀਤਾ। ਸਟਾਰ ਵੀ ਨਹੀਂ ਸੀ ਹੁੰਦਾ ਉਦੋਂ ਦੀ ਗੱਲ ਆ। ਬਿਲਕੁਲ ਸਟਾਰ ਨਹੀਂ ਸੀਗਾ ਉਦੋਂ, ਮੈਂ ਦੱਸ ਨਹੀਂ ਸਕਦੀ ਹੁਣ ਮੈਂ ਕੀ ਕਹਾਂ। ਬਿਲਕੁਲ ਇਹਨਾਂ ਕੋਲ ਮੈਨੂੰ ਲੱਗਦਾ 2 ਕਿੱਲੇ ਜ਼ਮੀਨ ਸੀਗੀ ਉਦੋਂ, ਜਿੱਥੇ ਤੱਕ ਹਾਂਜੀ ਮੈਂ ਸੁਣਿਆ ਹੈ ਨਾ, ਇਹਨਾਂ ਕੋਲ ਪਿੱਛੇ ਦੋ ਹਾਂਜੀ ਕਿੱਲੇ ਜ਼ਮੀਨ ਸੀ ਆਪਣੀ ਭੈਣ ਦੇ, ਉਹੀ 22 ਕਿੱਲਿਆਂ ਦੇ ਸਿਰ ਤੇ ਇਹ ਆਪਣਾ ਇਹਨਾਂ ਦਾ ਖਰਚਾ ਚੱਲਦਾ ਸੀਗਾ ਸਾਰਾ, ਜਿਹੜਾ ਇਹ ਸਾਂਭ ਕੇ ਬੈਠੇ ਸੀਗੇ। ਚਲੋ ਜੋ ਵੀ ਆ ਉਹ ਵੀ ਚੱਲਦਾ ਸੀਗਾ, ਜੋ ਕੋਰਟ ਦਾ ਪ੍ਰੋਸੈਸ ਚੱਲ ਰਿਹਾ ਸੀਗਾ, ਬਟ ਇਹ ਥੋੜੀ ਆ ਤੁਸੀਂ ਕਿਸੇ ਦੀ ਜ਼ਿੰਦਗੀ ਮਤਲਬ ਨਰਕ ਬਣਾ ਦਿਓ, ਤੁਸੀਂ ਧਮਕੀਆਂ ਦੇਈ ਜਾਓ, ਤੂੰ ਕੇਸ ਨਹੀਂ ਲੜਨਾ, ਤੁਸੀਂ ਕਤਲ ਕੇਸ ਨਹੀਂ ਲੜਨਾ, ਤੁਸੀਂ ਤੁਸੀਂ ਗਵਾਹੀਆਂ ਨਹੀਂ ਦੇਣੀਆਂ, ਆਪਸ ਕੋਈ ਮੈਂ ਕਾਨੂੰਨੀ ਕਾਰਵਾਈ ਨਹੀਂ ਕੀਤੀ, ਤੁਸੀਂ ਪ੍ਰਸ਼ਾਸਨ ਤੋਂ ਮੰਗ ਨਹੀਂ ਕੀਤੀ, ਪੁਲਿਸ ਨੇ ਤੁਹਾਡੀ ਨਹੀਂ ਮਦਦ ਨਹੀਂ ਕਰ ਰਹੀ? ਰੀਸੈਂਟ ਗੱਲ ਜਿਹੜੀ ਸ਼ੁਰੂ ਹੋਈ ਸੀ, ਚਲੋ ਪਿਛਲੀ ਜੇ ਮੈਂ ਥੋੜੀ ਪਿੱਛੇ ਛੱਡਾਂ, ਤੇ ਰੀਸੈਂਟ ਗੱਲ ਇਹਨੇ 2022 ਦੇ ਵਿੱਚ ਅਪ੍ਰੈਲ ਦੇ ਵਿੱਚ ਸਾਨੂੰ ਮੈਸੇਜ ਦਿੱਤਾ ਸੀ ਵੀ ਤੁਹਾਡੀ ਕਣਕ ਮੈਂ ਵੱਢੂਗਾ, ਜਿਹੜੀ ਭਾਨਾ ਸਿੱਧੂ ਨੇ, ਹਾਂਜੀ ਜਿਹੜੀ 22 ਕਿੱਲਿਆਂ ਤੇ ਬੈਠਾ ਨਜਾਇਜ਼ ਕਬਜ਼ ਹੈਗਾ, ਉਹਦੇ ਬਿਲਕੁਲ ਸਾਹਮਣੇ ਸਾਡੀ ਜ਼ਮੀਨ ਹੈ, ਅਸੀਂ ਆਪਣੀ ਖੇਤੀ ਕਰਦੇ ਸੀਗੇ, ਅਸੀਂ ਖੁਦ ਖੇਤੀ ਕਰਦੇ ਸੀ, ਤੇ ਇਹ ਕਹਿੰਦਾ ਮੈਂ ਤੁਹਾਡੀ ਕਣਕ ਵੱਢੂਗਾ, ਨਹੀਂ ਮੈਨੂੰ 10 ਕਿੱਲੇ ਦੇ ਲਿਖ ਕੇ, ਅੱਛਾ ਹਾਂ ਮੇਰੇ ਮਦਰ ਤੋਂ ਪੁੱਛਦਾ ਮਤਲਬ ਕਹਿੰਦਾ ਸੀ ਮੇਰੇ ਮਦਰ ਨੂੰ, ਅਸੀਂ ਕਿਹਾ ਵੀ ਤੁਹਾਡੇ ਅਸੀਂ ਨਹੀਂ ਦੇ ਸਕਦੇ, ਹਾਂਜੀ ਮਦਰ ਕਿਉਂਕਿ ਇਹਨੂੰ ਕੀ ਨਾਮ ਇਹਨੂੰ ਉਹਨਾਂ ਦਾ, ਪਤਾ ਰਮਨ ਕਾਂਤਾ ਜੀ? ਰਮਨ ਕਾਂਤਾ ਹਾਂਜੀ, ਮੇਰੇ ਮੰਮਾ ਰਮਨ ਕਾਂਤਾ, ਇਹਨੂੰ ਪਤਾ ਸੀ ਹੁਣ ਵੀ ਮੇਰੀ ਪਾਵਰ ਵੱਧ ਗਈ ਹੈ, ਮੇਰਾ ਹੱਥ ਪੈਂਦਾ, ਤੇ ਹੁਣ ਇਹਨੇ ਮੈਨੂੰ ਐ ਵੀ ਕਿਹਾ ਸੀ ਵੀ ਕਿ ਹੁਣ ਗੇਮ ਮਤਲਬ ਵੱਡੀ ਪੈਂਦੀ ਹੈ, ਜਦੋਂ ਗੇਮ ਪੈਂਦੀ ਹੈ ਫਿਰ ਤੈਨੂੰ ਪਤਾ ਲੱਗੂਗਾ, ਕਿਉਂਕਿ ਹੁਣ ਇਹਨੂੰ ਅੱਛਾ ਪਤਾ ਸੀ ਵੀ ਮੇਰੇ ਹੱਥ ਦੇ ਵਿੱਚ ਹੈਗਾ ਸਾਰਾ ਕੁਝ, ਹੈ ਨਾ, ਮੈਂ ਕਰ ਲੂੰਗਾ। ਇਹ ਠੋਕ ਕੇ ਕਹਿੰਦਾ ਸੀ, ਪਿੰਡ ਦੇ ਲੋਕਾਂ ਨੇ ਵੀ ਸਾਨੂੰ ਆ ਕੇ ਦੱਸਿਆ ਵੀ ਤਹਿਸੀਲ ਦੇ ਵਿੱਚ ਕਹਿ ਰਿਹਾ ਵੀ ਕਿ ਐਤਕੀ ਕੰਮ ਬਣੂਗਾ ਆਪਣਾ, ਐਤਕੀ ਕੰਮ ਬਣੂਗਾ। ਬਸ ਫਿਰ ਇਹਨੇ ਅਪ੍ਰੈਲ ਦੇ ਵਿੱਚ ਸਾਨੂੰ ਕਿਹਾ ਸੀ ਤੇ ਤੁਹਾਡੀ ਕਣਕ ਵੱਢਾਂਗਾ, ਉਦੋਂ ਅਸੀਂ ਚਲੋ ਵੱਢਣ ਨਹੀਂ ਦਿੱਤੀ ਇਹਨੂੰ, ਜੋ ਵੀ ਅਸੀਂ ਆਪਣੀ ਖੇਤੀ ਕਰਦੇ ਰਹੇ। ਨਵੰਬਰ ਦੇ ਵਿੱਚ ਇਹਨੇ ਸਾਡੇ ਨੌਕਰ ਨੂੰ ਆ ਕੇ ਗਾਲਾਂ ਗੁਲਾਂ ਕੱਢੀਆਂ, ਮਾਰ ਕੁਟਾਈ ਉਹਦੀ ਕੀਤੀ, ਵੀ ਕਹਿ ਰਹੇ ਉਹਨੂੰ ਵੀ ਕਿ ਹੁਣ ਇੱਥੇ ਕਤਲ ਵੀ ਹੋਣਗੇ ਦੁਬਾਰਾ। ਭਾਨਾ ਸਿੱਧੂ ਦੇ ਇਹਦਾ ਕੋਈ ਹੋਰ ਸਾਥੀ ਸੀ, ਮੈਨੂੰ ਨਹੀਂ ਪਤਾ ਕੌਣ ਸੀਗਾ, ਆਇਆ 2-3 ਮੁੰਡੇ ਆਏ, ਤੇ ਉਦੋਂ ਬਾਅਦ ਅਸੀਂ ਓਬਵੀਅਸਲੀ ਪੁਲਿਸ ਕੋਲ ਜਾਣਾ ਸੀਗਾ, ਅਸੀਂ ਬਹੁਤ ਕੰਪਲੇਂਟਸ ਕੀਤੀਆਂ, ਬਟ ਇਹਨੇ ਪਹਿਲਾਂ ਪੂਰੀ ਸੈਟਿੰਗ ਕਰਕੇ ਜੋ ਵੀ ਸੀਗਾ ਸਾਰਾ ਕੁਝ ਆਪਣੀ ਸੈਟਿੰਗ ਕੀਤੀ ਹੋਈ ਸੀਗੀ ਪੁਲਿਸ ਦੇ ਨਾਲ, ਸਾਰਾ ਕੁਝ ਪੂਰਾ ਕਰਕੇ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ, ਹਾਂਜੀ ਤੇ ਇਹਦੇ ਤੇ ਪਰਚਾ ਹੁੰਦਾ ਹੈ ਮੈਨੂੰ ਲੱਗਦਾ ਹੈ 2022 ਨਵੰਬਰ ਦੇ ਵਿੱਚ, ਜਿਹੜਾ ਕਹਿੰਦਾ ਸੀ ਮੇਰੇ ਤੇ ਸਰਕਾਰਾਂ ਨੇ ਪਵਾਤਾ, ਕੋਈ ਉਹ ਸਰਕਾਰਾਂ ਨੇ, ਉਹ ਵੀ ਅਸੀਂ ਬਹੁਤ ਧੱਕੇ ਖਾ ਖਾ ਕੇ ਇਹਦੇ ਤੇ ਪਰਚਾ ਕਰਾਇਆ, 166 ਕਿਹੜੀ ਨੰਬਰ ਚੌਂਕੀ ਕਿਹੜੀ ਧਾਰਾ?
166 ਨੰਬਰ FIR ਸੀਗੀ ਜੀ, ਧਮਕੀਆਂ ਵਗੈਰਾ ਦੀ ਟ੍ਰੈਸ ਪਾਸਿੰਗ ਦੀ ਧਾਰਾ ਲੱਗੀ ਸੀ ਉਹਦੇ 'ਚ, ਤੇ ਜਦੋਂ ਉਹ ਇਹ PS ਆਸਟ੍ਰੇਲੀਆ ਸੀ? ਜਦੋਂ ਇਹ ਨਹੀਂ ਆਸਟ੍ਰੇਲੀਆ ਹੀ ਮਈ ਦੇ ਵਿੱਚ ਸੀਗਾ, ਉਹ ਅਗਲੇ ਸਾਲ ਦੀ ਗੱਲ ਹੈ, 23 ਦੀ ਗੱਲ ਹੈ ਉਹ, ਇਹ ਠੀਕ ਹੈ ਨਵੰਬਰ ਠੀਕ ਹੈ 2022 ਦੀ ਗੱਲ ਹੈ। ਹਾਂਜੀ, ਇਹ ਨਵੰਬਰ 2022 ਤੇ ਇਹਦੇ ਤੇ ਪਰਚਾ ਹੁੰਦਾ ਹੈ, ਬਟ ਉਹ ਪਰਚਾ ਇਹਨਾਂ ਨੇ ਬਸ ਸਕੈਨ ਨੂੰ ਹੀ ਕੀਤਾ, ਪੁਲਿਸ ਨੇ ਵੀ ਚਲੋ ਸ਼ਾਮ ਨੂੰ ਇਹ ਜ਼ਮਾਨਤ ਲਿਆਇਆ, ਫੇਰ ਇਹ ਸਾਡੇ ਖੇਤਾਂ 'ਚ ਆ ਕੇ ਵੜ ਗਿਆ, ਅੱਗ ਉੱਗ ਲਾਤੀ ਸਾਡੀ ਮੋਟਰਾਂ ਜਿੰਦੇ ਜੁੰਦੇ, ਇਹਨੇ ਉਹ ਕਰਨ ਦੀ ਕੋਸ਼ਿਸ਼ ਕੀਤੀ, ਹੁਣ ਵੀ ਪੰਗੇ ਲੈਂਦਾ। ਹੁਣ ਮਤਲਬ ਮੈਂ ਤੁਹਾਨੂੰ ਆਪਣੀ ਪਾਵਰ ਦਾ ਇਸਤੇਮਾਲ ਕਰਦਾ, ਪੈਸੇ ਗਲਤ ਜੋੜਦੇ, ਫਿਰ ਇਸਤੇਮਾਲ। ਸ਼ਾਮ ਹਾਂਜੀ ਹਾਂ, ਹੁਣ ਤੁਸੀਂ ਇਹ ਦੇਖੋ ਵੀ ਉਸ ਤੋਂ ਬਾਅਦ ਅਸੀਂ ਘੱਟੋ ਘੱਟ ਵੀ ਉਦੋਂ ਤੋਂ ਲੈ ਕੇ ਹੁਣ ਤੱਕ 50 60 70 ਜਿੰਨੀਆਂ ਵੀ ਲਾ ਲਓ, ਅਸੀਂ ਪੁਲਿਸ ਨੂੰ ਕਾਲਸ ਕਰ ਚੁੱਕੇ, ਲਿਖਤੀ ਸ਼ਿਕਾਇਤਾਂ ਅਸੀਂ ਦਿੱਤੀਆਂ ਹੋਈਆਂ ਸੀ, ਬਟ ਕੋਈ ਯੂਜ਼ ਨਹੀਂ ਹੈਗਾ। ਹੁਣ ਫਿਰ ਮੇਰੀ ਹਾਈ ਕੋਰਟ ਰਿਟ ਚੱਲਦੀ ਹੈ ਇੱਕ, ਜਿਹਦੇ ਵਿੱਚ ਮੈਂ ਸਾਰਾ ਕੁਝ ਆਪਣਾ ਦੱਸਿਆ, ਐਕਸਪਲੇਨ ਕੀਤਾ ਵੀ ਕਿਵੇਂ ਕਿਵੇਂ, ਕੌਣ ਕੌਣ ਬੰਦਾ ਸੀਨ ਦੇ ਵਿੱਚ ਹੈਗਾ, ਕੀ ਹੈ ਕੀ ਹਾਂਜੀ ਨਹੀਂ ਹੈ। ਹਾਂਜੀ ਹਾਂ, ਬਸ ਇਹ ਚੱਲ ਰਿਹਾ। ਹੁਣ ਰੀਸੈਂਟ ਵੀ ਮੈਂ ਤੁਹਾਨੂੰ ਦੱਸਦੀ ਹਾਂ, ਇੱਕ ਕੱਲ੍ਹ ਦੀ ਗੱਲ ਹੈ, ਪਿੰਡ 'ਚੋਂ ਮੈਨੂੰ ਪਤਾ ਲੱਗਿਆ, ਅਮਨਾ 5 5 6 6 ਗੱਡੀਆਂ ਲੈ ਕੇ ਸਾਡੇ ਘਰ ਦੇ ਆਲੇ ਦੁਆਲੇ ਗੇੜੇ ਮਾਰਦਾ ਉਹ, ਅਮਨਾ ਇਹਦਾ ਜੋ ਭਾਈ। ਭਾਨਾ ਸਿੱਧੂ ਦਾ ਬ੍ਰਦਰ ਅਮਨ ਜੀ ਜੀ ਸਿੱਧੂ, 26 ਤਰੀਕ ਨੂੰ ਜਦੋਂ ਭਾਨਾ ਸਿੱਧੂ ਨੂੰ PS ਸਦਰ ਨੇ, ਪੁਲਿਸ ਸਦਰ ਨੇ ਕੀਤਾ ਸੀਗਾ ਅਰੈਸਟ, ਆ ਕੇਸ ਦੇ ਵਿੱਚ ਜਿਹੜੇ ਵੀ ਇੱਥੇ ਚੱਲਦੇ ਨੇ ਹੁਣ, ਹਾਂਜੀ ਉਦੋਂ ਵੀ ਹਾਂ 26 ਤਰੀਕ ਨੂੰ ਇਹ 5 6 ਗੱਡੀਆਂ ਲੈ ਕੇ ਸਾਡੇ ਪਿੰਡ ਦੇ ਆਲੇ ਦੁਆਲੇ ਉੱਥੇ ਗੇੜਾ ਮਾਰ ਕੇ ਗਿਆ। ਨਹੀਂ ਇਹਦਾ ਤਾਂ ਕੀ ਕੋਈ ਮਤਲਬ ਨਹੀਂ, ਡਰਾਉਣ ਆਉਂਦਾ ਇਹਦਾ ਮਤਲਬ, ਸਾਨੂੰ ਵੀ ਅਸੀਂ ਡਰ ਜਾਈਏ ਜਾਂ ਕੋਈ ਗੇੜੇ ਕੱਢਣ ਆਉਂਦਾ, ਇਹਨੂੰ ਉੱਥੇ ਜਦੋਂ ਕੋਈ ਹੈ ਹੀ ਨਹੀਂ, ਸਾਡੀ ਗੈਰ ਮੌਜੂਦਗੀ ਦੇ ਵਿੱਚ ਗੇੜੇ ਮਾਰਦਾ ਹੈ, ਲੋਕਾਂ ਨੂੰ ਧਮਕੀਆਂ ਦਿੰਦਾ ਹੈ ਵੀ ਕੋਈ ਨਹੀਂ ਕਿਸੇ ਨੇ ਨਹੀਂ ਵੜਨਾ ਇੱਥੇ, ਕਿਸੇ ਨੇ ਨਹੀਂ ਵੜਨਾ, ਕਹਿ ਕਹਿ ਕੇ ਜਾਂਦੇ ਆ ਇਹ। ਇਹਦੇ ਨਾਲ ਇੱਕ ਬੰਦਾ ਪੱਕਾ ਹੁੰਦਾ, ਭਾਨਾ ਸਰਪੰਚ ਹੈ ਉਹਦਾ ਨਾਮ, ਮੈਨੂੰ ਲੱਗਦਾ ਮੋੜ ਨਾਭਾ ਮੋੜ ਪਿੰਡ ਦਾ ਕੋਈ ਸਰਪੰਚ ਹੈਗਾ ਉਹ, ਤੇ ਉਹ ਅੱਛਾ ਪੂਰਾ ਹਾਂਜੀ ਹਾਂ ਇਹਦੇ ਨਾਲ ਪੂਰਾ ਇਹਦਾ ਸਾਥੀ ਹੈ, ਨਾਲ ਹੀ ਇਹਦੀ ਭੈਣ ਹੁੰਦੀ ਹੈ। ਤੁਸੀਂ ਇਹ ਦੇਖੋ ਇਹਨਾਂ ਦੀ ਉਹ ਹਿੰਮਤ, ਤੁਸੀਂ ਇਹ ਦੇਖੋ ਇਹਨਾਂ ਦੇ ਪਿੱਛੇ ਕੋਈ ਤਾਂ, ਕੋਈ ਨਾ ਕੋਈ ਤਾਂ ਪਾਵਰ ਹੈਗੀ ਹੈ ਨਾ, ਜਿਹੜੀ ਇਹਨਾਂ ਦੇ ਕੋਈ ਐਕਸ਼ਨ ਨਹੀਂ ਆ ਰਿਹਾ। ਮੈਂ 50 ਵਾਰ ਫੋਨ ਕਰਤੇ ਹੋਣ ਪੁਲਿਸ ਨੂੰ, 112 ਤੇ ਇੰਨੀ ਵਾਰ ਫੋਨ ਕਰਤੇ ਹੋਣ, ਇੰਨੀਆਂ ਲਿਖਤੀ ਸ਼ਿਕਾਇਤਾਂ ਦੇ ਦਿੱਤੀਆਂ ਹੋਣ, ਹਲੇ ਤੱਕ ਇਹਨਾਂ ਦੇ ਕੋਈ ਐਕਸ਼ਨ ਨਹੀਂ ਆ ਰਿਹਾ। ਮੇਰੀ ਇਵਨ ਕਿ ਹੋਰ ਛੱਡੋ, ਇਹਨਾਂ ਨੂੰ ਪਤਾ ਵੀ ਮੇਰੇ ਤੇ ਐਕਸ਼ਨ ਨਹੀਂ ਆਉਣਾ, ਅਸੀਂ ਕੁਛ ਮਰਜ਼ੀ ਕਰਦੇ ਰਹੀਏ। ਪਾਲ ਕੌਰ ਸਾਡੀ ਜੱਦੀ ਜ਼ਮੀਨ ਹੈਗੀ ਹੈ, ਇੱਕ ਮੇਰੇ ਘਰ ਦੇ ਨਾਲ ਉੱਥੇ ਪਿੰਡ ਜਿਹੜਾ ਮੇਰਾ ਘਰ ਹੈ ਬਿਲਕੁਲ ਬਾਹਰ, ਹਾਂਜੀ ਉੱਥੇ ਅਸੀਂ ਸਬਜ਼ੀਆਂ ਵਗੈਰਾ ਆਪਣਾ ਵਾਨ ਆਪਣਾ ਬਾਗ ਬਣਾਇਆ ਹੋਇਆ, ਉਹਦੇ ਵਿੱਚ ਵੀ ਇਹ ਇੱਕ ਦਿਨ ਟਰੈਕਟਰ ਲੈ ਕੇ ਘੁਸ ਰਿਹਾ ਜੀ, ਕਹਿੰਦਾ ਮੇਰਾ ਵਿਗਾੜ ਲਓ ਜੀ, ਨਹੀਂ ਮੇਰਾ ਕੁਝ ਵਿਗਾੜਨਾ ਹੈ। ਹੁਣ ਲਾਸਟ ਟਾਈਮ ਭਾਨਾ ਸਿੱਧੂ ਤੁਹਾਡੀ ਜ਼ਮੀਨ ਤੇ ਕਦੋਂ ਆਇਆ ਸੀ? ਲਾਸਟ ਟਾਈਮ ਮੈਂ ਤੁਹਾਨੂੰ ਦੱਸਿਆ, ਹੁਣ ਅਮਨ ਆਉਂਦਾ, ਇੱਕ ਤਾਂ ਕੱਲ ਦੀ ਹੋਈ ਗੱਲ ਹੈ, ਰੀਸੈਂਟਲੀ ਇੱਕ 26 ਤਰੀਕ ਨੂੰ ਜਦੋਂ ਇੱਥੇ ਪਟਿਆਲੇ ਨੂੰ ਅਰੈਸਟ ਕੀਤਾ ਸੀ, ਉਦੋਂ ਅਮਨ ਆਇਆ ਸੀਗਾ, ਉਦੋਂ ਪਹਿਲਾਂ ਵੀ ਹਾਂਜੀ ਇਹਨੇ ਇਹ ਪਤਾ ਕੀ ਆ, ਇਹ ਖੁਦ ਜਦੋਂ ਆਉਂਦਾ ਇਹ ਇਕੱਲਾ ਕਦੇ ਵੀ ਨਹੀਂ ਆਊਗਾ, ਇਹ ਅੱਛਾ 6 6 ਗੱਡੀਆਂ ਭਰ ਕੇ ਲੈ ਕੇ ਆਉਂਦਾ, ਆਂਦਾ ਹੀ ਰਹਿੰਦਾ, ਮਤਲਬ ਮਤਲਬ ਹਫਤੇ ਬਾਅਦ ਇਹਨੇ ਕਰਨਾ ਹੀ ਹੈ। ਪਹਿਲਾਂ ਤਾਂ ਇਹਨੇ ਪੱਕਾ ਡੇਰਾ ਲਾਤਾ ਸੀ, ਜਦੋਂ 2022 ਦੀ ਗੱਲ ਹੈ ਤੇ ਪਰਚਾ ਹੋਇਆ, ਇਹਨੇ 10 15 ਮੁੰਡੇ ਉੱਥੇ ਬਿਠਾ ਕੇ, ਉਹਨਾਂ ਨੂੰ ਬਾਉਂਸਰ ਸੀਗੇ ਉਹ ਕੋਈ ਹਰਿਆਣੇ ਵਾਲ ਦੇ, ਉਹਨਾਂ ਨੂੰ ਬਿਠਾ ਕੇ ਇਹਨਾਂ ਨੇ ਵੀ ਕਿ ਇਹਨਾਂ ਨੂੰ ਵੜਨ ਨਹੀਂ ਦੇਣਾ। ਅੱਛਾ, ਹਾਂ ਮਤਲਬ ਗੁੰਡੇ ਬਦਮਾਸ਼ ਲੈ ਕੇ ਆਉਂਦਾ ਤੁਹਾਡੇ ਉੱਤੇ ਜ਼ਮੀਨ ਤੇ ਬਿਲਕੁਲ ਪੈਣ? ਬਿਲਕੁਲ, ਉੱਥੇ ਜਿਹੜੀ ਕੋਠੀ ਹੈ 22 ਕਿੱਲਿਆਂ ਦੇ ਵਿੱਚ ਨਾ, ਕੋਠੀ ਬਣੀ ਹੋਈ ਹੈ ਨਜਾਇਜ਼, ਉਹਦੇ ਤੇ ਵੀ ਜਿਹਦੇ ਤੇ ਕਬਜ਼ਾ ਕੀਤਾ, ਉਹੀ ਇਹਨਾਂ ਦਾ ਗੜ ਹੈ, ਉੱਥੇ ਹੀ ਬੈਠਦੇ ਨੇ, ਉੱਥੇ ਜੋ ਵੀ ਕੰਮ ਕਰਦੇ ਨੇ, ਉੱਥੇ ਹੀ ਇਹਨਾਂ ਦੀ ਪਲੈਨਿੰਗ ਹੁੰਦੀ ਹੈ, ਉੱਥੇ ਹੀ ਕਤਲ ਹੋਏ ਸੀਗੇ, ਜਿਹੜੀ ਉਹ ਕੋਠੀ ਦੇ ਬਾਹਰ ਹੀ, ਉੱਥੇ ਹੀ ਇਹਨਾਂ ਨੇ ਕਤਲ ਕੀਤੇ ਸੀਗੇ, ਉੱਥੇ ਹੀ ਸਾਰਾ ਕੁਝ ਹੁੰਦਾ ਹੈ, ਉੱਥੇ ਇਹਨਾਂ ਨੂੰ ਬੈਠ ਕੇ ਦਿਖਦਾ ਹੈ, ਪਿੰਡ ਤੋਂ ਬਾਹਰ ਉਹ ਕੋਠੀ ਹੈ, ਤੇ ਸਾਰਾ ਕੁਝ ਇਹ ਉੱਥੇ ਲੈ ਕੇ ਰਾਈਫਲਸ, ਅਸੀਂ ਬਹੁਤ ਵਾਰ ਕਿਹਾ ਬਟ ਨਹੀਂ। ਹੁਣ ਅੱਛਾ ਆਪਾਂ ਕਹਿੰਦੇ ਹਾਂ ਵੀ ਭੈਣ ਦੀ ਸਪੋਰਟ ਕਰਦਾ, ਉਹ ਗਲਤੀ ਆਈ ਹੈ, ਆਪਾਂ ਵਾਪਸ ਭੈਣ ਦੀ ਸਪੋਰਟ, ਮੈਂ ਤਾਂ ਨਹੀਂ ਦੇਖਦੀ ਵੀ ਕਿ ਬੰਦੇ ਨੂੰ ਸਹੀ ਹੋਣਾ ਤਾਂ ਚਾਹੀਦਾ ਨਾ, ਜੇ ਬੰਦਾ ਸਹੀ ਹੈ ਉਹਦਾ ਸਟੈਂਡ ਤੁਸੀਂ ਲਓ, ਤੁਸੀਂ ਲੋਕਾਂ ਨੂੰ ਕਹਿੰਦੇ ਹੋ ਮੈਂ ਰਾਈਟ ਬੜਾ ਸੋਸ਼ਲ ਵਰਕਰ ਹੈ ਨਾ, ਤੂੰ ਇੱਥੇ ਗਲਤ ਕਰ ਰਿਹਾ, ਤੈਨੂੰ ਦਿਖਦਾ ਨਹੀਂ ਹੈ। ਹੁਣ ਇਹ ਕਹਿੰਦਾ ਮੇਰੀ ਭੈਣ ਦਾ ਹੱਕ ਹੈ, ਮੈਂ ਤਾਂ ਕਾਗਜ਼ ਹਾਂਜੀ ਦਿਖਾ ਦੂੰਗੀ ਜਿਹੜੇ ਵੀ ਹੈਗੇ ਕੋਰਟ ਦੇ ਆਰਡਰ ਕਿਵੇਂ ਵੀ ਹੈਗੇ, ਅਸੀਂ ਤਾਂ ਹਾਈ ਕੋਰਟ ਤੱਕ ਵੀ ਮਤਲਬ ਇੱਕ ਕੇਸ ਜਿੱਤਿਆ ਹੋਇਆ ਡੇਰੇ ਦੇ ਨਾਂ ਤੇ, ਮੇਰੇ ਹਾਂਜੀ ਮਦਰ ਨੇ, ਨਾਲੇ ਹਾਂਜੀ ਮਹੰਤ ਨੂੰ ਹੱਕ ਹੈ ਬਣਾਉਣ ਦਾ ਅੱਗੇ ਆਪਣੀ ਗੱਦੀ ਦੇਣ ਦਾ, ਤਾਂ ਹੁਣ ਇਹਨਾਂ ਨੂੰ ਕੋਈ ਉਹੀ ਨਹੀਂ ਹੈਗਾ, ਮਹੰਤ ਨੂੰ ਹੱਕ ਹੈ ਗੱਦੀ ਦੇਣ ਦਾ ਆਪਣੀ ਰਾਹ, ਤਾਂ ਇਹ ਜਿਹੜੀ ਜਿਹੜੀ ਚੀਜ਼ ਠੀਕ ਹੈ ਉਹਦੇ ਲਈ ਖੜੇ ਨਾ, ਧੱਕਾ ਕਿਉਂ ਕਰ ਰਿਹਾ ਇਹ, ਚਾਹੇ ਹਾਂਜੀ ਇਹਦੀ ਭੈਣ ਇਹ ਫਿਰ ਗਲਤ ਹੈ,
ਠੀਕ ਹੈ ਹੁਣ ਅੱਛਾ ਉਹ ਨਹੀਂ ਵਰਤ ਆ ਰਹੀ ਆ ਮੈਂ ਵੀ ਇਹਦਾ ਹਿੱਸਾ ਹਿੱਸਾ ਬਣਦਾ ਹੈ ਮੇਰੀ ਭੈਣ ਐ ਐਵੇਂ ਇਮੋਸ਼ਨਲ ਲੋਕਾਂ ਨੂੰ ਬਲੈਕਮੇਲ ਕਰਦੇ ਨੇ ਇਹ ਤਾਂ ਹਿੱਸਾ ਬਣਦਾ ਹਾਂਜੀ ਹੈ ਤਾਂ ਤੂੰ ਦਿਖਾ ਮੇਰੇ ਤੋਂ ਕਾਗਜ਼ ਦਿਖਾ ਤੂੰ ਉਹਦਾ ਕਿਹੜਾ ਹਿੱਸਾ ਫਰਜ਼ ਬਣਦਾ ਜਮਾਬੰਦੀ। ਹਾਂਜੀ ਕੋਈ ਕੋਰਟ ਨੇ ਤੈਨੂੰ ਲਿਖ ਕੇ ਦਿੱਤਾ ਹੋਵੇ ਤੇਰੀ ਭੈਣ ਨੂੰ ਇਕੱਲੇ ਇਮੋਸ਼ਨਲ ਲੋਕਾਂ ਦੇ ਦਿਮਾਗ ਨਾਲ ਖੇਡਣ ਨਾਲ ਤਾਂ ਨਹੀਂ ਉਹ ਵੀ ਮੈਂ ਭੈਣ ਦੇ ਨਾਲ ਖੜਾ ਇਹਨੂੰ ਪਤਾ ਵੀ ਇਹਨੂੰ ਬਹੁਤ ਚੰਗੀ ਤਰ੍ਹਾਂ ਪਤਾ ਵੀ ਇਮੋਸ਼ਨਲੀ ਆਪਾਂ ਕਿਵੇਂ ਬਲੈਕਮੇਲ ਲੋਕਾਂ ਨੂੰ ਕਰਨਾ ਹੈ ਕਿਉਂਕਿ ਇਹਨੇ ਆਹੀ ਸਿੱਖਿਆ ਲਈ ਹੈ ਹੁਣ ਪਿਛਲੇ 4-5 ਸਾਲਾਂ ਤੋਂ ਜਿੱਥੋਂ ਵੀ ਲਈ ਹੈ ਹਨਾ ਇਹਨੂੰ ਪਤਾ ਹੈ ਇਹਨਾਂ ਨੂੰ ਤੇ ਇਹਦੀ ਪਾਰਟੀ ਨੂੰ ਵੀ ਕਿੱਦਾਂ ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰਨਾ ਉਹ ਪੰਜਾਬੀ ਉਹ ਥੋੜੀ ਜ਼ਮੀਰ ਮਰ ਗਈ ਜਦਕਿ ਜੇ ਦੇਖਿਆ ਜਾਵੇ ਡੀਪਲੀ ਇਹਨਾਂ ਦੀ ਮਰੀਆਂ ਹੋਈਆਂ ਜ਼ਮੀਰਾਂ ਨੇ ਸਿਰਫ ਇਹ ਪੈਸੇ ਲਈ ਕੁਝ ਵੀ ਕਰਦੇ ਨੇ ਹੁਣ ਮੈਂ ਚਲੋ ਆਪਾਂ ਗੱਲ ਹੀ ਕਰ ਰਹੇ ਹਾਂ ਮੈਂ ਤੁਹਾਡੇ ਥਰੂ ਹੀ ਕਹਿਣਾ ਚਾਹੂੰਗੀ ਕੁਝ ਕੁੜੀਆਂ ਨੇ ਜਿਨ੍ਹਾਂ ਤੋਂ ਪੈਸੇ ਇਹਨੇ ਬਹੁਤ ਖਾਏ ਨੇ ਹਨਾ ਜੇ ਉਹ ਕੁੜੀਆਂ ਅੱਗੇ ਹਾਂਜੀ ਆਣ ਇਹਦਾ ਸੱਚ ਦੱਸਣ ਤਾਂ ਲੋਕਾਂ ਨੂੰ ਥੋੜੀ ਜਿਹੀ ਸ਼ਾਇਦ ਪਤਾ ਲੱਗੇ ਤੇ ਇਹੋ ਜਿਹੇ ਮਤਲਬ ਗੰਦੇ ਬੰਦਿਆਂ ਦੇ ਪਿੱਛੇ ਆਪਣਾ ਸਮਾਜ ਨਾ ਲੱਗੇ ਆਪਣੇ ਨੌਜਵਾਨ ਨਾ ਲੱਗਣ ਥੋੜੇ ਸਹੀ ਰਸਤੇ ਵੱਲ ਚੱਲਣ ਕਿਉਂਕਿ ਧਰਨਿਆਂ ਦਾ ਨਾਲ ਮੈਨੂੰ ਨਹੀਂ ਲੱਗਦਾ ਕਿਸੇ ਦੇ ਘਰ ਚੱਲਦੇ ਸਿਰਫ ਇਹਨਾਂ ਦੇ ਚੱਲਦੇ ਨੇ ਆਮ ਬੰਦੇ ਦਾ ਕੋਈ ਉਹ ਨਹੀਂ ਹੈਗਾ ਠੀਕ ਹੈ ਮੈਂ ਕਹਿੰਦੀ ਆਪਣੇ ਹੱਕਾਂ ਲਈ ਲੜੋ ਪਰ ਹਰ ਬੰਦੇ ਦੇ ਵਿੱਚ ਇੱਕ ਆਪਣੀ ਆਪਣੀ ਤਾਕਤ ਹੁੰਦੀ ਹੈ ਨਾ ਵੀ ਉਹ ਆਪਣੇ ਆਪ ਲਈ ਲੜ ਸਕੇ ਕਿਸੇ ਭਾਣੇ ਨੇ ਨਹੀਂ ਤੁਹਾਡੇ ਲਈ ਲੜਨਾ ਇਹਨੇ ਬਸ ਵੀਡੀਓ ਪਾਣੀ ਹੈ ਤੇ ਆਪਣੀ ਵਿਊਜ਼ ਲੈਣੇ ਨੇ ਤੇ ਆਪਣੀ ਕਮਾਈ ਕਰਨੀ ਹੈ ਉਹਦੇ ਚੋਂ ਵੀ ਹੁਣ ਏਜੰਟ ਵਾਲਾ ਮੁੱਦਾ ਵੀ ਹੈਗਾ ਉਹਦੇ ਚੋਂ ਵੀ ਚਲੋ ਪਤਾ ਹੀ ਆ ਜਿਨ੍ਹਾਂ ਨੂੰ ਪਤਾ ਵੀ ਕਿੱਥੇ ਕਿਵੇਂ ਆਪਣੀ ਕਮਾਈ ਕਰਦਾ ਸੀ ਹੁਣ ਜਿਹੜੇ ਲੋਕ ਲੱਗੇ ਹੋਏ ਨੇ ਪਿੱਛੇ ਉਹ ਹੁਣ ਨਹੀਂ, ਆਪਾਂ ਹੁਣ ਹੁਣ ਪੂਰਾ ਜ਼ਬਤ ਕਰਦੇ ਪੰਜਾਬ ਹਾਂ ਇਹਨਾਂ ਦੇ ਨਾਲ ਆਵੇ, ਬਹੁਤ ਚੰਗੀ ਇਮੇਜ ਬਣੀ ਹੋਈ ਆ ਏਜੰਟਸ ਤੋਂ, ਪੈਸੇ ਵਾਪਸ ਕਰਾਉਂਦਾ, ਉਹਦਾ ਵਧੀਆ ਕੰਮ ਕਰਦਾ ਇਹ। ਵਧੀਆ ਇਹ ਆਪਣੇ ਲਈ ਕਰਦਾ ਹੁਣ ਤੁਹਾਨੂੰ ਕੀ ਲੱਗਦਾ ਇਹ ਲੋਕਾਂ ਲਈ ਦੁਸ਼ਮਣੀ ਲਊਗਾ ਇਹਦਾ ਨਿੱਜੀ ਫਾਇਦਾ ਉਹਦੇ ਵਿੱਚ ਇਹਦੇ ਮੇਰੀ ਜਾਣਕਾਰੀ ਦੇ ਮੁਤਾਬਕ ਇਹਦੇ ਭਾਈ ਅਮਨੇ ਕੋਲ ਅੱਜ ਵੀ 80 ਲੱਖ ਰੁਪਇਆ ਕੈਸ਼ ਪਿਆ ਇਹਦੇ ਘਰ ਤੁਸੀਂ ਸੋਸ਼ਲ ਹਿਸਾਬ ਕਰ ਮੀਡੀਆ ਤੋਂ ਜੁੜਨ ਦਾ। ਸੋਸ਼ਲ ਮੀਡੀਆ ਦੀ ਅਰਨਿੰਗ ਤਾਂ ਆਪਣੇ 1 ਨੰਬਰ ਦੇ ਉਹਦੇ ਚ ਆਊਗੀ ਹੈ ਨਾ ਤੁਸੀਂ ਵੀ ਚਲਾਉਂਦੇ ਹੋਵੋਗੇ ਮੈਨੂੰ ਤਾਂ ਕੁਝ ਪਤਾ ਨਹੀਂ ਆਪਣੇ ਅਕਾਊਂਟ ਦੇ ਵਿੱਚ ਹੀ ਆਉਣੀ ਚਾਹੀਦੀ ਹੈ ਕਿਉਂਕਿ 1 ਨੰਬਰ ਦੀ ਕਮਾਈ ਹੈ ਬਟ ਕੈਸ਼ ਤਾਂ ਤੁਸੀਂ ਦੇਖੋ ਵੀ ਕਿਹਦੇ ਤੋਂ ਕਿੱਥੋਂ ਕਿੱਥੋਂ ਇਹਨਾਂ ਨੇ ਲਿਆ ਹੋਇਆ ਕੀ ਕੀ ਇਹ ਕਰਦੇ ਨੇ ਚੰਡੀਗੜ੍ਹ ਮੋਹਾਲੀ ਦੇ ਏਜੰਟਸ ਨਾਲ ਜਿਨ੍ਹਾਂ ਨੂੰ ਪਤਾ ਹੈ ਉੱਥੇ ਪਤਾ ਹੀ ਹੈ ਵੀ ਕਿ ਇਹਨਾਂ ਨੇ 10-10 ਲੱਖ 5-5 ਲੱਖ ਦੇ ਸੌਦੇ ਕਰੇ ਹੋਏ ਨੇ 10,000 ਦੀ ਗੱਲ ਨਹੀਂ ਹੈ 10,000 ਨਹੀਂ ਮੰਗਦਾ ਇਹ 10,000 ਤਾਂ ਬਹੁਤ ਛੋਟੀ ਗੱਲ ਹੈ ਇਹ ਲੱਖਾਂ ਦੇ ਵਿੱਚ ਨੇ ਇਹ ਕਿਉਂਕਿ ਫਿਰ ਇਹਨਾਂ ਨੂੰ ਪਤਾ ਹੈ ਵੀ ਇਹ ਸਾਡੀ ਫੈਨ ਫੋਲੋਇੰਗ ਆ ਅਸੀਂ ਤੁਹਾਡੀ ਇਮੇਜ ਖਰਾਬ ਕਰ ਦਾਂਗੇ ਅਗਲੇ ਦਾ ਧੰਦਾ ਬੰਦ ਕਰ ਦੇਣਗੇ ਇਹ ਮੈਂ ਇਹ ਨਹੀਂ ਕਹਿ ਰਹੀ ਵੀ ਏਜੰਟ ਵਧੀਆ ਨਹੀਂ ਕਿਸੇ ਨਾਲ ਵੀ ਠੱਗੀ ਲਾਣੀ ਆਪਾਂ ਨੇ ਮਤਲਬ ਗਲਤ ਹੈ ਕੋਈ ਵੀ ਬੰਦਾ ਜਿਹੜਾ ਕਿਸੇ ਨਾਲ ਸਾਰੇ ਕਰ ਇੱਕੋ ਸਕਦਾ ਬਰਾਬਰ ਨਹੀਂ ਨਾ। ਹਾਂਜੀ ਹਾਂ ਬਟ ਇਹਦਾ ਨਿੱਜੀ ਫਾਇਦਾ ਹੈ ਮੇਰੇ ਕਹਿਣ ਦਾ ਮਤਲਬ ਇਹ ਚੀਜ਼ ਦੇ ਵਿੱਚ ਵੀ ਬਿਲਕੁਲ ਇਹਦਾ ਨਿੱਜੀ ਨਹੀਂ ਫਾਇਦਾ ਮਤਲਬ ਭਾਨਾ ਸਿੱਧੂ ਦੀ ਲੋਕਾਂ ਉਹਦੇ ਬਹੁਤ ਪਿੱਛੇ ਭਾਰੀ ਹਜੂਮ ਆ, ਹੁਣ ਲੋਕ ਜੁੜੇ ਹੋਏ ਆ, ਤੁਹਾਡੀ ਨਿਗਾਹ 'ਚ ਤੁਸੀਂ ਉਹਦੇ ਤੇ ਕਾਰਵਾਈ ਕਰਾਈ? ਕਾਰਵਾਈ ਹੋਈ ਨਹੀਂ ਤੇ ਤੁਹਾਨੂੰ ਤੰਗ ਪਰੇਸ਼ਾਨ ਕਰਦਾ। ਮੈਂ ਤਾਂ ਕਹਿੰਦੀ ਹਾਂ ਜੇ ਹੁਣ ਜੇ ਇੰਨੇ ਜਨਤਾ ਇਹਨਾਂ ਦੇ ਪਿੱਛੇ ਲੱਗੀ ਹੋਈ ਹੈ ਫਿਰ ਤਾਂ ਇਹ ਕੱਲ ਨੂੰ ਕੈਦ ਕਤਲ ਕਰ ਦੇਣਗੇ ਹੈ ਨਾ ਲੋਕਾਂ ਦਾ ਇਕੱਠ ਕਰ ਲੈਣਗੇ ਹਾਂਜੀ ਫਿਰ ਇਹ ਫਿਰ ਉਹਦੇ ਚੋਂ ਵੀ ਬਾਹਰ ਨਿਕਲ ਜਾਣਗੇ ਫਿਰ ਤਾਂ ਕਿਸੇ ਆਮ ਬੰਦੇ ਨੂੰ ਇਨਸਾਫ ਹੀ ਨਹੀਂ ਨਾ ਜੇ ਜਿਨ੍ਹਾਂ ਨਾਲ ਇਹਨਾਂ ਨੇ ਧੱਕਾ ਕੀਤਾ ਹੈ ਇਹ ਹੈਗੇ ਉਹੀ ਨੇ ਮਤਲਬ ਹੈ ਗੈਂਗਸਟਰ ਟਾਈਪ ਹੀ ਨੇ ਬਟ ਇਹਨਾਂ ਦਾ ਹਾਂਜੀ ਤਰੀਕਾ ਬਦਲ ਗਿਆ ਪਹਿਲਾਂ ਗੈਂਗਸਟਰ ਸਿੱਧੀਆਂ ਲੜਾਈਆਂ ਕਰਦੇ ਹੋਣੇ ਮੈਨੂੰ ਨਹੀਂ ਪਤਾ ਵੀ ਕਿੱਦਾਂ ਉਹ ਕਰਦੇ ਸੀਗੇ ਹੈ ਨਾ ਹੁਣ ਇਹ ਹਾਂਜੀ ਧਰਨੇ ਵਾਲੀਆਂ ਲੜਾਈਆਂ ਕਰਦੇ ਨੇ ਇਮੋਸ਼ਨਲ ਬਲੈਕਮੇਲ ਕਰਦੇ ਨੇ ਇਹ ਸਾਰੀਆਂ ਚੀਜ਼ਾਂ ਤੋਂ ਫਾਇਦਾ ਕਿੱਦਾਂ ਹੋ ਰਿਹਾ ਇਹ ਸਮਝਣ ਦੀ ਲੋੜ ਹੈ ਨਾ ਆਪਾਂ ਨੂੰ ਥੋੜਾ ਜਿਹਾ ਦਿਮਾਗ ਖੋਲ ਕੇ ਆਪਾਂ ਲੱਗ ਜਾਂਦੇ ਹਾਂ ਇਹਨਾਂ ਦੇ ਪਿੱਛੇ ਉਹਨੂੰ ਭੇੜ ਚਾਲ ਹੁੰਦੀ ਹੈ ਜਿੱਦਾਂ ਆਪਾਂ ਹੁਣ ਜਦੋਂ ਵੋਟਾਂ ਸੀਗੀਆਂ ਸਾਰਿਆਂ ਨੇ ਇੱਕੋ ਪਾਰਟੀ ਨੂੰ ਪਾਤੀਆਂ ਹੈ ਨਾ ਕਿਉਂਕਿ ਸਾਰੇ ਅੱਕੇ ਹੋਏ ਸੀਗੇ ਅਕਾਲੀਆਂ ਤੋਂ ਕਾਂਗਰਸ ਜਾਂ ਤੋਂ ਇੱਕੋ ਪਾਰਟੀ ਨੂੰ ਆਪਾਂ ਪਿੱਛੇ ਲੱਗ ਗਏ ਹੁਣ ਓਦਾਂ ਹੀ ਇਹ ਹੈ ਤਾਂ ਹੀ ਮੈਂ ਕਹਿੰਦੀ ਹਾਂ ਵੀ ਅੱਗੇ ਆਉਣ ਲੋਕ ਜਿਨ੍ਹਾਂ ਨਾਲ ਧੱਕਾ ਕੀਤਾ ਹੈ ਇਹਨਾਂ ਨੇ ਹੈ ਨਾ ਉਹਨਾਂ ਨੂੰ ਪਤਾ ਹੀ ਹੈ ਕਿ ਉਹ ਨਹੀਂ ਅੱਗੇ ਆਉਂਦੇ ਕਿਹੜੀਆਂ ਕੁੜੀਆਂ ਨੇ ਉਹ ਇੱਕ ਆਸਟ੍ਰੇਲੀਆ ਦੀ ਕੁੜੀ ਆ ਜਦੋਂ ਇਹਦਾ ਆਸਟ੍ਰੇਲੀਆ ਦਾ ਟ੍ਰਿਪ ਸੀਗਾ ਠੀਕ ਹੈ ਇੱਕ ਅਮੈਰੀਕਾ ਦੀ ਕੁੜੀ ਹੈਗੀ ਆ ਉਹ ਅੱਗੇ ਆਵੇ ਤਾਂ ਕਿ ਹੋਰ ਜਿਹੜੇ ਬੰਦੇ ਨੇ ਉਹ ਧੋਖੇ ਚ ਨਾ ਆਉਣ ਉਹਨਾਂ ਨੂੰ ਸੱਚਾਈ ਪਤਾ ਲੱਗੇ ਲੋਕ ਜਿਹੜੇ ਸੋਸ਼ਲ ਮੀਡੀਆ ਹੈ ਉਹ ਸੋਸ਼ਲ ਮੀਡੀਆ ਫੇਕ ਹੈ ਇੱਕ ਚੀਜ਼ ਹੈ ਨਾ ਉਹਦੇ ਤੋਂ ਦੇਖ ਕੇ ਲੱਗ ਜਾਂਦੇ ਨੇ ਉਹਦੇ ਜੇ ਥੋੜੀ ਪਾਊਗਾ ਵੀ ਮੈਂ ਇੱਥੇ ਧੱਕਾ ਕਰਨ ਚੱਲਿਆ ਹੁਣ ਕੋਈ ਜਦੋਂ ਆਪਣਾ ਇਹਨੇ ਹਾਂ ਜਦੋਂ ਐਕਟਿਵ ਪੱਖ ਨਹੀਂ ਪਾਉਂਦਾ ਸੀ ਇਹਨੇ ਕੰਮ ਕਰਨਾ ਸੀ ਸਾਡੇ ਵਾਲਾ ਜਦੋਂ ਇਹਨੇ ਮੁੰਡੇ ਬਿਠਾਏ ਨੇ 2 ਦਿਨ ਸਨੈਪਚੈਟ ਤੇ ਕੋਈ ਸਟੋਰੀ ਨਹੀਂ ਪਾਈ ਜੀ ਅੱਛਾ ਬਿਲਕੁਲ ਇਹਨੇ 2-3 ਦਿਨ ਇਹਦਾ ਸਨੈਪਚੈਟ ਬੰਦ ਰਿਹਾ ਤੇ ਉਦੋਂ ਕੋਈ ਸਟੋਰੀ ਨਹੀਂ ਪਾਈ ਫਿਰ ਉਦੋਂ ਕਿਉਂ ਨਹੀਂ ਤੂੰ ਸਟੋਰੀ ਪਾਈ ਆਪਣੀ
ਹੈ ਨਾ, ਉਹੀ ਗੱਲ ਹੈ ਵੀ ਨੈਗੇਟਿਵ ਥੋੜੀ ਦਿਖਾਊਗਾ ਵੀ ਮੈਂ ਪੈਸੇ ਲੈ ਆਇਆ ਉਹਦੇ ਤੋਂ ਜਾਂ ਮੈਂ ਉਹਦੇ ਕਬਜ਼ਾ ਕਰਿਆ ਆ ਜਾਂ ਮੈਂ ਆਹ ਕਰ ਲਿਆ, ਤੇ ਇਹ ਗੱਲ ਥੋੜੀ ਜਿਹੀ ਸਮਝਣ ਦੀ ਲੋੜ ਹੈ ਵੀ ਵੀਡੀਓ ਦਾ ਵਧੀਆ ਹੀ ਪਾਊਗਾ ਨਾ ਉਹ, ਹਾਂਜੀ ਹਾਂਜੀ, ਮਤਲਬ ਵੀਡੀਓ ਦਾ ਤੁਹਾਡਾ ਵਧੀਆ ਜਿਹੜੇ ਪਾਊਗਾ। ਇਹਦੇ ਪਿੱਛੇ ਲੋਕ ਜੁੜੇ ਆ, ਹੁਣ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਆ ਜੋ ਅੱਖਾਂ ਬੰਦ ਕਰਕੇ ਮੇਰੀ ਭਾਨੇ ਦਾ ਤਾਂ ਸਾਥ ਦੇ ਇਹੀ ਰਹੇ ਆ ਹੋ, ਤੁਸੀਂ ਵੀ ਕੀ ਕਹਿਣਾ ਚਾਹੋਗੇ? ਇਹ ਚੀਜ਼ਾਂ ਦੇ ਵਿੱਚ ਸਿਰਫ ਤੇ ਸਿਰਫ ਫਾਇਦਾ ਹੋ ਰਿਹਾ। ਮੈਂ ਕਹਿੰਦੀ ਹਾਂ ਵਧੀਆ ਗੱਲ ਹੈ, ਕੋਈ ਵੀ ਕਿਸੇ ਦੇ ਪੈਸੇ ਕਢਵਾ ਰਿਹਾ ਵਧੀਆ ਗੱਲ ਹੈ, ਪਰ ਇੰਨੇ ਅੰਨੇ ਹੋ ਕੇ ਆਪਾਂ ਪਿੱਛੇ ਨਾ ਲੱਗੇ, ਦੋਨੋਂ ਦੋਨੋਂ ਪਾਸੇ ਆਪਾਂ ਦੇਖੀਏ ਵੀ ਆਹ ਬੰਦੇ ਦਾ ਕੀ ਫਾਇਦਾ ਹੋ ਰਿਹਾ, ਬੰਦਾ ਕਿੱਥੋਂ ਦੀ ਕਿੱਥੇ ਆਪਣਾ ਪਹੁੰਚ ਚੁੱਕਿਆ ਹੈ ਨਾ, ਤੇ ਕਿੱਦਾਂ ਪਹੁੰਚ ਹਾਂਜੀ ਗਿਆ ਉਹ। ਕੱਲੇ ਕਹਿੰਦੇ ਸਾਨੂੰ ਸੋਸ਼ਲ ਮੀਡੀਆ ਦੀ ਕਮਾਈ ਹੈ, ਨਹੀਂ ਦੋ ਸੋਸ਼ਲ ਮੀਡੀਆ ਦੀ ਕਮਾਈ ਨਹੀਂ, 2 ਨੰਬਰ ਦੀ ਕਮਾਈ ਹੈ, ਬਹੁਤ ਕੁਛ ਕਰਦਾ। ਮੈਂ ਤਾਂ ਚਾਹੁੰਦੀ ਹਾਂ ਵੀ ਲੋਕ ਅੱਗੇ ਆਣ, ਇਹਨਾਂ ਨੇ ਤਾਂ ਗਰੀਬਾਂ ਨਾਲ ਵੀ ਬਹੁਤ ਧੱਕੇ ਕੀਤੇ ਹੋਏ ਨੇ, ਉਹਨਾਂ ਨੂੰ ਬੋਲਣ ਵੀ ਨਹੀਂ ਦਿੰਦੇ, ਹੁਣ ਉਹ ਕੀ ਬੋਲਣਗੇ ਹੈ ਨਾ, ਹਰ ਕੋਈ ਬੋਲ ਵੀ ਨਹੀਂ ਸਕਦਾ। ਇਹਨਾਂ ਨੇ ਬਹੁਤ ਦਬਕਾ ਦਬਕਾ ਕੇ ਰੱਖੇ ਹੋਏ ਨੇ ਲੋਕੀ, ਤੇ ਬਹੁਤ ਸਾਰੀਆਂ ਕੁੜੀਆਂ ਨੂੰ ਵੀ ਇਹਨਾਂ ਨੇ ਖਰਾਬ ਕੀਤਾ ਹੈ। ਮੈਂ ਆਪਣੀ ਅੱਖਾਂ ਨਾਲ ਵੀ ਇਹ ਚੀਜ਼ਾਂ ਤਾਂ ਦੇਖੀਆਂ ਨੇ, ਕਿਉਂਕਿ ਪਿੰਡ ਵਾਲੀ ਜਿਹੜੀ ਕੋਠੀ ਇਹਨਾਂ ਨੇ ਸਾਂਭੀ ਹੋਈ ਆ, ਉੱਥੇ ਆਈ ਕੁਛ ਹੀ ਹੁੰਦਾ, ਠੀਕ ਹੈ। ਇਹਨਾਂ ਨੇ ਬਹੁਤ ਸਾਰੇ ਲੋਕਾਂ ਨਾਲ ਧੋਖਾ ਕੀਤਾ ਹੈ, ਬਹੁਤ ਸਾਰੀ ਕੁੜੀਆਂ ਨਾਲ ਧੋਖਾ ਕੀਤਾ ਹੈ, ਇੰਕਲੂਡਿੰਗ ਇਹਦਾ ਭਾਈ ਹੈ ਨਾ ਅਮਨਾ ਵੀ ਵਿੱਚ ਹੈ, ਠੀਕ ਅਮਨਾ ਹੈ ਵੀ ਵਿੱਚ ਹੈ, ਇਹਨਾਂ ਦੀ ਟੋਲੀ ਹੈ। ਇਹਨਾਂ ਨੇ ਪੂਰਾ, ਇਹਨਾਂ ਦੇ ਜਿਹੜੇ 10-12 ਬੰਦੇ ਨੇ, ਉਹਨਾਂ ਨੇ ਪੂਰਾ ਸੋਸ਼ਲ ਮੀਡੀਆ ਤੇ ਛਾਏ ਹੋਏ ਨੇ ਇਹ। ਜੇ ਕੋਈ ਇਹਨਾਂ ਨੂੰ ਗਲਤ ਇਹਨਾਂ ਦੇ ਖਿਲਾਫ ਪਾਉਂਦਾ ਹੈ, ਉਹਦਾ ਅਕਾਊਂਟ ਬਲੌਕ ਕਰਤਾ। ਹੁਣ ਜਿਵੇਂ ਇੱਕ ਐਗਜ਼ਾਮਪਲ ਦਿੰਦੀ ਹਾਂ, ਮੈਂ ਵੀਡੀਓ ਪਾਈ ਸੀ ਜਦੋਂ ਪਹਿਲਾਂ ਆਪਣੇ ਹਾਂਜੀ ਕੋਲ ਕੇ, 15-20 ਦਿਨ ਇਹਦੇ ਅਰੈਸਟ ਹੋਣ ਤੋਂ ਪਹਿਲਾਂ ਦੀ ਵੀਡੀਓ ਹੈ, ਉਦੋਂ ਬਾਅਦ ਹੀ ਸੀ ਇਹ। ਉਦੋਂ ਇਹਨੇ ਉਹ ਵਾਲੀ ਵੀਡੀਓ ਮੇਰੀ ਬਲੌਕ ਕਰਵਾਤੀ, ਪਤਾ ਨਹੀਂ ਅੱਛਾ, ਕਿੱਦਾਂ ਕਰਾ, ਹਾਂ ਪਤ� ਨਹੀਂ ਕਿੱਦਾਂ ਕਰਾਈ ਹੈ ਮੇਰੀ ਰਿਪੋਰਟ ਵੀਡੀਓ ਇਹਨੇ ਬਲੌਕ ਕਰਵਾਤੀ। ਕਰਵਾਤੀ, ਜੇ ਇਹਨੂੰ ਡਰ ਹੀ ਨਹੀਂ ਸੀ ਕੋਈ, ਠੀਕ ਹੈ, ਇਹਨੇ ਮੇਰੀ ਵੀਡੀਓ ਕਿਉਂ ਨਹੀਂ ਚੱਲਣ ਦਿੱਤੀ, ਇਹਨੇ ਮੇਰੀ ਵੀਡੀਓ ਬਲੌਕ ਕਿਉਂ ਕਰਵਾਈ? ਉਹ ਮੇਰੇ ਕੋਲ ਹੁਣ ਵੀ ਸਕਰੀਨਸ਼ਾਟ ਹੈ ਵੀ ਭਾਨਾ ਸਿੱਧੂ ਨੇ ਤੇਰੀ ਵੀਡੀਓ ਬਲੌਕ ਕਰਾਈ ਆ, ਉਹ ਫੇਸਬੁੱਕ ਤੇ ਨੋਟੀਫਿਕੇਸ਼ਨ ਜੀ ਆਉਂਦੀ ਹੈ ਨਾ, ਉਹਦਾ ਹਾਂਜੀ ਹਾਂਜੀ, ਸਕਰੀਨਸ਼ਾਟ ਹੈ, ਉਹ ਭਾਨਾ ਸਿੱਧੂ ਨਾਲ ਲਿਖਿਆ ਹੋਇਆ ਸੀ ਵੀ ਇਹਨੇ ਬਲੌਕ ਕਰਾਈ ਆ ਤੇਰੀ। ਆਹ, ਇਹਨੇ ਕੋਈ ਕਾਪੀਰਾਈਟ ਆਇਆ ਜੋ ਜੋ ਵੀ ਹੁੰਦਾ, ਮੈਨੂੰ ਨਹੀਂ ਪਤਾ ਕੀ ਹੁੰਦਾ ਉਹ ਪ੍ਰੋਸੈਸ। ਵਾਇਲੇਸ਼ਨ ਮੈਂ ਕਰਕੇ ਕਈ ਬੰਦਿਆਂ ਤੋਂ ਮਤਲਬ 15-20 ਜਣਿਆਂ ਤੋਂ ਰਿਪੋਰਟ ਮਰਵਾ ਕੇ ਹੋ ਉਹਦਾ ਜਾਂਦਾ ਇਹਨਾਂ ਦਾ ਉਹਦਾ ਤਾਂ। ਟੋਟਲਾ ਹੈ ਹੀ ਆ, ਆਪਾਂ ਨੂੰ ਪਤਾ ਹੀ ਹੈ, ਇੰਨੇ ਦਾ ਇਹ ਹੈ ਹੀ ਨੇ, ਹੈ ਨਾ, ਇਹ ਕਿਸੇ ਨੂੰ ਵੀ ਬੋਲਣ ਨਹੀਂ ਦਿੰਦੇ, ਜਿਹੜਾ ਕੋਈ ਬੋਲਦਾ ਵੀ ਹੈ। ਹੁਣ ਮੈਂ ਤਾਂ ਚਲੋ, ਮੇਰਾ ਨਿੱਜੀ ਮਸਲਾ ਹੈ, ਕੋਈ ਹੋਰ ਵੀ ਸਮਾਜ ਦਾ ਬੰਦਾ ਆ ਕੇ ਉੱਠ ਕੇ ਬੋਲਦਾ ਵੀ ਕਿ ਨਹੀਂ ਭਾਈ ਇਹ ਐਂ ਠੀਕ ਨਹੀਂ ਹੈਗਾ, ਇਹ ਦੂਜੇ ਪਾਸੇ ਚੱਲ ਰਿਹਾ, ਤੁਹਾਨੂੰ ਉਧਰ ਨੂੰ ਦੇਖਣ ਦੀ ਲੋੜ ਹੈ। ਉਹਦੇ ਨੀਚੇ ਤੁਸੀਂ ਪੜਿਆ ਹੋਣਾ ਵੀ ਗਾਲਾਂ ਹੀ ਗਾਲਾਂ, ਗਾਲਾਂ ਹੀ ਗਾਲਾਂ, ਇਹਨਾਂ ਦੇ ਬੰਦੇ ਨੇ ਉਹ, ਹੈ ਨਾ, ਗਾਲਾਂ ਤੇ ਉਹਦਾ ਅਕਾਊਂਟ ਬਲੌਕ, ਉਹਦਾ ਅਕਾਊਂਟ ਅਕਾਊਂਟ ਤੇ ਰਿਪੋਰਟਾਂ ਵੱਜਦੀਆਂ ਨੇ, ਆਹੀ ਕੁਛ ਇਹਨਾਂ ਦੇ ਪੱਲੇ, ਆਹੀ ਕੁਛ ਕਰਦੇ ਨੇ, ਕਿਉਂ? ਕਿਉਂਕਿ ਨਹੀਂ, ਇਹਨਾਂ ਨੂੰ ਮਤਲਬ ਆਪਣੇ ਚੈਨਲ ਦਾ ਜਿਹੜਾ ਆਪਣਾ ਜੋ ਟੀਚਾ ਹੈ ਵੀ ਉਹ ਲੋਕਾਂ ਸਾਹਮਣੇ ਸੱਚ ਦਿਖਾਉਣਾ ਹੈ। ਆਪਾਂ ਨਾ ਭਾਨੇ ਸਿੱਧੂ ਦੇ ਆਪਾਂ ਨਿਰਪੱਖ ਪੋਸਟ ਦਿਖਾਉਣੀ ਆ ਵੀ ਜੋ ਸੱਚਾਈ ਆ ਉਹ ਲੋਕਾਂ ਸਾਹਮਣੇ ਲਿਆਈ ਜਾ ਸਕੇ। ਤੁਸੀਂ ਮੈਂ ਤਾਂ ਇਹ ਕਹਿੰਦੀ ਹਾਂ ਭਗਵੰਤ ਮਾਨ ਦੂਸਰੇ ਸਰਕਾਰ ਲੋਕਾਂ ਤੇ ਜੀ, ਭਗਵੰਤ ਜੀ ਮਾਨ ਸਰਕਾਰ ਤੱਕ ਅਪਰੋਚ ਨਹੀਂ ਕੀਤੀ, ਤੁਹਾਡੀ ਉਹਨਾਂ ਤੋਂ ਕੀ ਮੰਗ ਆ ਹੁਣ? ਅਪਰੋਚ ਤਾਂ ਮੈਂ ਬਹੁਤ ਕੀਤੀ ਹੈ, ਹੁਣ ਸਾਰਿਆਂ ਨੂੰ ਹੀ ਪਤਾ ਮੇਰੇ ਮਸਲੇ ਦਾ, ਜਿਹੜੇ ਆਪਣੇ ਵੱਡੇ ਵੱਡੇ ਆਪਾਂ ਕਹਿ ਦਈਏ ਜਿਹੜੇ ਵੀ ਹਾਈਲਾਈਟ ਹੈਗੇ ਲੀਡਰ, ਹਾਂਜੀ ਹਾਂ, ਜੋ ਵੀ ਹੈਗੇ ਆਪਣੇ, ਅਪਰੋਚ ਤਾਂ ਹੈਗੀ ਹੋਈ ਹੈ, ਵੱਡੇ ਵੱਡੇ ਅਫਸਰਾਂ ਨੂੰ ਪਤਾ ਹੈ, ਬਟ ਉਹੀ ਗੱਲ ਹੈ ਨਾ, ਹੁਣ ਪਤਾ ਨਹੀਂ ਇਹਦੇ ਪਿੱਛੇ ਕਿਹੜੀ ਤਾਕਤ ਹੈ, ਹੁਣ ਰੱਬ ਜਾਣਦਾ ਵੀ ਕੌਣ ਇਹਦਾ ਕੰਮ ਕਰ ਰਿਹਾ ਜਾਂ ਕੌਣ ਨਹੀਂ ਹੋ ਰਿਹਾ, ਕਿਉਂਕਿ ਅੱਜ ਤੱਕ ਕਦੇ ਵੀ ਐ ਨਹੀਂ ਹੋਇਆ, ਅੱਜ ਤੋਂ 2022 ਤੋਂ ਪਹਿਲਾਂ ਵੀ ਕਦੇ ਮੈਂ ਪੁਲਿਸ 'ਚ ਗਈ ਹੋਵਾਂ ਤੇ ਮੇਰਾ ਕੰਮ ਨਾ ਹੋਇਆ ਹੋਵੇ ਜਾਂ ਮੈਂ ਰਿਪੋਰਟ ਦੇਈ ਹੋਵੇ ਉੱਤੇ ਕਾਰਵਾਈ ਨਾ ਹੋਈ ਹੋਵੇ, ਹੁਣ ਹੋਣਾ ਸ਼ੁਰੂ ਹੋਇਆ, ਤਾਂ ਹੁਣ ਹਾਂਜੀ ਪਤਾ ਨਹੀਂ ਇਹਦਾ ਹੈ ਕੌਣ ਹੈ, ਕਿਵੇਂ ਇਹਨਾਂ ਦੇ ਪਰਸਨਲ ਰਿਲੇਸ਼ਨ ਹੈਗੇ ਆ, ਥੋੜੇ ਬਹੁਤੇ ਮੈਂ ਨਾਂ ਨਹੀਂ ਲੈਣਾ ਚਾਹੂੰਗੀ ਉਹਦਾ, ਤੇ ਬਸ ਇਹ ਹੈ ਵੀ ਕੁਛ ਨਾ ਕੁਛ ਤਾਂ ਹੈ, ਬਸ ਸਰਕਾਰ ਤੋਂ ਮੇਰੀ ਇਹੀ ਹੈ ਵੀ ਕਿ ਇਹਨੂੰ ਇਹ ਤੋਂ ਦੇਖੋ ਵੀ ਇਹ ਕਿਹੜੇ ਹਿਸਾਬ ਨਾਲ ਉੱਥੇ ਬੈਠਾ, ਤੇ ਚਲੋ ਬੈਠਾ ਹੈ 22 ਕਿੱਲਿਆਂ ਤੇ ਬੈਠਾ ਹੈ ਨਾ, ਕਿ ਸਾਨੂੰ ਕਿਉਂ ਤੰਗ ਕੀਤਾ ਜਾ ਰਿਹਾ, ਸਾਨੂੰ ਕਿਉਂ ਧਮਕੀਆਂ ਦਿੱਤੀਆਂ ਜਾ ਰਹੀਆਂ। ਕੱਲ ਵੀ ਉਹ ਗੇੜੇ ਕੱਢ ਕੇ ਗਿਆ ਅਮਨਾ, ਮਤਲਬ ਹਲੇ ਵੀ ਨਹੀਂ ਇਹ ਠੀਕ ਆਉਂਦੇ, ਗੱਲ ਉਹ ਹੈ ਨਾ ਵੀ ਕਿ ਹਲੇ ਵੀ ਨਹੀਂ ਇਹ ਠੀਕ ਆਉਂਦੇ, 34 ਕਿੱਲਿਆਂ ਦੇ ਇਹਨਾਂ ਨੇ ਬਹੁਤ ਕੁਛ ਸਾਡੇ ਨਾਲ ਕੀਤਾ, ਬਹੁਤ ਲੰਬੀ ਸਟੋਰੀ ਆ ਇਹ, ਤੇ ਉਹ ਫੇਰ ਹਾਂਜੀ ਵੀ ਸਾਨੂੰ ਪਿੰਡ 'ਚ ਵੀ ਨਹੀਂ ਵੜਨ ਦਿੰਦੇ, ਮਤਲਬ ਜਦੋਂ ਵੀ ਨਹੀਂ ਅਸੀਂ ਵੜਦੇ ਹਾਂ ਇਹਨਾਂ ਨੇ ਅੰਦਰ ਬੰਦੇ ਰੱਖੇ ਹੋਏ ਆ, ਉਹ ਇਹਨਾਂ ਨੂੰ ਫੋਨ ਖੜਕਾ ਦਿੰਦੇ, ਇਹਨਾਂ ਦੇ ਉਹਦੇ 4-5 ਗੱਡੀਆਂ ਨੇੜੇ ਦੇ ਮੁੰਡਿਆਂ ਦੀਆਂ ਵੀ ਆ ਜਾਂਦੀਆਂ, ਹਾਂਜੀ, ਜੋ ਵੀ ਹੈਗੇ ਨੇ ਇਹ, ਤਾਂ ਦੋ ਫਿਰ ਹਜ਼ਾਰ ਹੁਣ ਪੰਦਰਾਂ ਹਾਂਜੀ
ਤੁਹਾਡੀ ਏਜ ਬਹੁਤ ਘੱਟ ਹੋਣੀ ਆ ਜਦੋਂ ਇਹ ਆਉਂਦੇ ਹੋਣੇ ਆ। ਜੀ, ਮੇਰੀ ਸਿਸਟਰ ਉਦੋਂ ਸੀਗੀ 20 ਸਾਲਾਂ ਦੀ ਹੋਣੀ ਆ, ਮੈਂ ਉਸ ਤੋਂ 3-4 ਸਾਲ ਵੱਡੀ ਆ, ਤੇ ਮੇਰੀ 24-25 ਸਾਲ ਦੀ ਅੱਛਾ ਉਮਰ ਸੀਗੀ ਉਦੋਂ। ਹਾਂਜੀ ਹਾਂ, ਬਸ ਉਦੋਂ ਬਸ ਤੋਂ ਹੀ ਆਹ ਕੰਮਾਂ ਦੇ ਵਿੱਚ ਇਹਨਾਂ ਨੇ, ਉਦੋਂ ਤੋਂ ਹੀ ਇਹਨਾਂ ਦੀ ਧਮਕੀਆਂ। ਬਸ ਇਹ ਆ ਵੀ ਰੱਬ ਦੀ ਕਿਰਪਾ ਇੰਨੀ ਕੁ ਰਹੀ ਆ ਵੀ ਅਸੀਂ ਥੋੜੇ, ਰੱਬ ਨੇ ਸਾਨੂੰ ਦਿਮਾਗ ਦਿੱਤਾ, ਆਪਣੀ ਸੇਫਟੀ ਕਰੀ ਆ ਜਿਵੇਂ ਵੀ ਕਰੀ ਆ, ਹੈ ਨਾ। ਪੁਲਿਸ ਦੀ ਹੈਲਪ ਨਾਲ, ਉਦੋਂ ਤਾਂ ਪਹਿਲਾਂ ਬਹੁਤ ਸਾਥ ਦਿੱਤਾ ਪੁਲਿਸ ਨੇ ਸਾਡਾ, ਜਦੋਂ ਮਰਡਰ ਕੇਸ ਹੋਇਆ ਸੀਗਾ ਉਹਨਾਂ ਦੀ ਹੈਲਪ ਹਾਂ ਨਾਲ ਆਪਾਂ ਕਰੀ, ਹੈ ਨਾ, ਸਾਰਾ ਕੁਛ। ਤੇ ਬਸ ਰੱਬ ਦੀ ਉਹਨਾਂ ਦੀ ਕਿਰਪਾ ਜਿਹੜੀ ਨਾਲ ਹੀ ਹੈ ਵੀ ਨੋ ਅਸੀਂ ਬਚੇ ਫਿਰਦੇ ਹਾਂ, ਨਹੀਂ ਤਾਂ ਇਹਨਾਂ ਦਾ ਮੇਨ ਮੋਟਿਵ ਹੀ ਇਹੀ ਆ ਵੀ ਇਹਨਾਂ ਨੂੰ ਮਾਰ ਦਈਏ ਤੇ ਸਾਈਡ ਤੇ ਕਰੀਏ, ਵੀ ਕਿਹੜਾ ਕਿਸੇ ਨੂੰ ਪੁੱਛਣਾ। ਹੁਣ ਮੈਂ ਉਹੀ ਤਾਂ ਤੁਹਾਨੂੰ ਕਿਹਾ ਵੀ ਕਿ ਚਾਹੇ ਹੁਣ ਇਹਦਾ ਮਤਲਬ ਤਾਂ ਹੁਣ ਇਹਨੇ ਕਹਿੰਦੇ ਪਰਚੇ ਰੱਦ ਕਰਾਓ, ਇੰਨੀ ਭੀੜ ਹੈ ਨਾ ਪੁਲਿਸ ਤੇ ਪ੍ਰੈਸ਼ਰ, ਚਾਹੇ ਫਿਰ ਇਹ ਸਾਡਾ ਕਤਲ ਕਰ ਦੂਗਾ, ਫਿਰ ਇਹ ਤੇ ਪਰਚਾ ਹੀ ਨਹੀਂ ਹੋਣਾ, ਇਹਦੀ ਭੀੜ ਆਜੂਗੀ, ਹੈ ਨਾ। ਗੱਲ ਤਾਂ ਉਹੀ ਹੈ, ਫਿਰ ਕਿੱਥੇ ਕੀ ਗਿਆ, ਕਿਹੜਾ ਕਿਹੜਾ ਕਾਨੂੰਨ, ਕਾਨੂੰਨ ਤਾਂ ਸਭ ਤੇ ਲਾਗੂ ਹੁੰਦਾ। ਹੁਣ ਹਰੇਕ ਨੇ ਵੀਡੀਓ ਦੇਖੀ ਹੈ ਕਿਵੇਂ ਧਮਕੀ ਦਿੰਦਾ ਵੀਡੀਓਜ਼ ਦੇ, ਹਾਂ ਤੂੰ ਮੇਰਾ ਕਰ ਲੈ ਜੋ ਕਰਨਾ, ਮੈਂ ਹਾਂ ਡੀਸੀ ਲੱਗਿਆ, ਹੈ ਨਾ, ਮੈਂ ਤੇਰੀ ਜ਼ਬਾਨ ਖਿੱਚ ਲੂੰਗਾ, ਮੈਂ ਫਲਾਣਾ ਕਰ ਦੂੰਗਾ, ਤੂੰ ਇਹ ਕਰ ਦੇ। ਮਤਲਬ ਕੋਈ ਇਹਨੂੰ ਡਰ ਨਹੀਂ, ਧਮਕੀ ਆਪਾਂ ਕਿਵੇਂ ਦੇ ਸਕਦੇ ਹਾਂ, ਲਾਈਵ ਹੋ ਕੇ ਆਪਾਂ ਕਿਸੇ ਨੂੰ ਧਮਕੀ ਦੇ ਰਹੇ ਹਾਂ, ਇਦੋਂ ਉੱਤੇ ਕੀ ਸਬੂਤ ਹੋਊਗਾ ਫਿਰ, ਇੱਥੇ ਕਾਰਵਾਈ ਕਿਉਂ ਨਹੀਂ, ਕਾਰਵਾਈ ਇਹ ਤਾਂ ਕਿਉਂ ਨਹੀਂ, ਕਿਉਂਕਿ ਇਹ ਭਾਨਾ ਲੋਕਤੰਤਰ ਦਾ ਸਿੱਧੂ ਹੈ। ਘਾਣ ਇੱਕ ਤਰੀਕੇ ਨਾਲ ਬਿਲਕੁਲ, ਕਾਰਵਾਈ ਕਿਉਂ ਨਹੀਂ, ਕਿਉਂਕਿ ਇਹ ਭਾਨਾ ਸਿੱਧੂ ਹੈ, ਕਾਰਵਾਈ ਕਿਉਂ ਨਹੀਂ, ਕਿਉਂਕਿ ਇਹ ਲੱਖਾ ਧਾਨਾ ਹੈ, ਕੋਈ ਹੋਰ ਇਹਨਾਂ ਦੇ ਗਰੁੱਪ ਦਾ ਬੰਦਾ, ਇਸ ਲਈ ਕਾਰਵਾਈ ਨਹੀਂ ਕਰਨੀ ਆਪਾਂ, ਵੀ ਇਹ ਬੰਦੇ ਲੈ ਕੇ ਆ ਜਾਊਗਾ, ਵੀ ਇਹਨਾਂ ਦੀ ਕਾਨੂੰਨ ਫਿਰ ਬਦਲ ਜਾਊਗਾ। ਸਵਾਲ ਤਾਂ ਇਹ ਨੇ ਨਾ ਵੀ ਬੰਦੇ ਲੈ ਕੇ ਆ ਜਾਊਗਾ, ਇਹਨਾਂ ਦੀ ਕਾਨੂੰਨ ਬਦਲ ਜਾਊਗਾ, ਕਾਨੂੰਨ ਤਾਂ ਹਰੇਕ ਲਈ ਇੱਕੋ ਹੀ ਹੈ। ਬਰਾਬਰ ਉਹੀ ਤਾਂ ਹੈ ਨਾ, ਉਹ ਵੱਡੇ ਵੱਡੇ ਮਿਨਿਸਟਰ ਫਸ ਜਾਂਦੇ ਨੇ, ਉਹਨਾਂ ਨੂੰ ਨਹੀਂ ਕਾਨੂੰਨ ਤਾਂ ਬਖਸ਼ਦਾ, ਫਿਰ ਭਾਨਾ ਸਿੱਧੂ ਲਈ ਕਿਉਂ ਅਲੱਗ ਕਾਨੂੰਨ। ਜਿਹੜੀ ਗੱਲ ਤੇ ਗਲਤ ਹੈ ਤਾਂ ਇਹ ਮਤਲਬ ਸਾਰੇ ਗਲਤ ਕੰਮ ਕਰੂਗਾ, ਇਹਨਾਂ ਦੇ ਗਲਤ ਕੰਮ ਕਰਦੇ ਰਹਿਣ ਤੇ ਇਹ ਗਲਤ ਕੰਮ ਕਰਦੇ ਰਹਿਣ, ਇਹਨਾਂ ਨੂੰ ਪੁਲਿਸ ਵੀ ਕੁਛ ਨਾ ਕਵੇ, ਇਹਨਾਂ ਨੂੰ ਕੋਈ ਕੁਛ ਨਾ ਕਵੇ, ਇਹਨਾਂ ਦਾ ਮਤਲਬ ਫਿਰ ਆਹੀ ਹੈ। ਆਪਣੇ ਜੇ ਕੋਈ ਇਹਨਾਂ ਦੇ ਖਿਲਾਫ ਬੋਲਦਾ, ਉਹਨੂੰ ਥੱਲੇ ਸਿੱਟ ਲਿਆ, ਉਹਨੂੰ ਧਮਕੀਆਂ ਤੇ ਧਮਕੀਆਂ ਦੇਣੀਆਂ, ਇਹਨਾਂ ਨੇ ਤੇਰਾ ਕਰ ਦਾਂਗੇ, ਉਹ ਕਰ ਦਾਂਗੇ, ਤੂੰ ਬਾਹਰ ਨਿਕਲੀ। ਇਹਨਾਂ ਨੇ ਮੇਰੇ ਘਰ ਦੇ ਬਾਹਰ ਤੱਕ ਬੰਦੇ ਲਾ ਰੱਖੇ ਸੀ ਵੀ ਜਦੋਂ ਬਾਹਰ ਨਿਕਲਦੀ ਆ ਸਾਨੂੰ ਦੱਸਿਓ ਤੁਸੀਂ, ਤੇ ਅੱਛਾ ਇਹਨਾਂ ਦੇ ਹਾਲ ਦੇਖੋ, ਮਤਲਬ ਇੰਨੇ ਇੰਨੇ ਕਿੰਨਾ ਨੇ ਉਹ ਕੀਤਾ ਹੋਇਆ, ਤੇ ਆਪਣੇ ਆਪ ਚ ਇਹ ਬੰਦੇ ਨੇ ਵੀ ਅਸੀਂ ਕੁੜੀਆਂ ਦੇ ਘਰ ਬਸਾ ਤੇ ਜੀ, ਅਸੀਂ ਕੁਛ ਵੀ ਨਹੀਂ ਹੈ, ਇੱਕ ਵੀ ਆ ਜੇ ਅੱਗੇ ਜਿਹਦਾ ਕੋਈ ਮਸਲਾ ਸੋਲਵ ਹੋਇਆ, ਇਹਨਾਂ ਦਾ ਮਤਲਬ ਵੀਡੀਓ ਬਣਾਉਣ ਤੱਕ ਹੀ ਹੈ, ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰਨ ਤੱਕ ਹੈ। ਬਸ ਮੇਰੇ ਤਾਂ ਇਹੀ ਹੈ ਵੀ ਕਿ ਆਪਣਾ ਪੜ੍ਹਨਾ ਚਾਹੀਦਾ, ਲਿਖਣਾ ਚਾਹੀਦਾ, ਆਪਣਾ ਅੱਗੇ ਵਧਣਾ ਚਾਹੀਦਾ। ਇਹਨਾਂ ਦੇ ਪਿੱਛੇ ਕੀ ਆ, ਜੇ ਇਹੋ ਜਿਹੇ ਬੰਦਿਆਂ ਦੇ ਹੱਥ ਦੇ ਵਿੱਚ ਆ ਗਿਆ, ਇਹਨਾਂ ਮੈਨੂੰ ਪਤਾ ਹੈ ਨਾ ਪਰਸਨਲ ਵੀ ਕੀ ਕੁਛ ਹੈ ਨਾ, ਇਹ ਕੀ ਕੁਛ ਕਰਦੇ ਨੇ, ਇਹਨਾਂ ਦੇ ਅੱਗੇ ਹੱਥ 'ਚ ਪਾਵਰ ਆ ਗਈ, ਇਹਨਾਂ ਨੇ ਪੂਰੀ ਛਾਲਾਂ ਚੁਕਾ ਦੇਣੀ ਆ, ਫਿਰ ਆਪਾਂ ਫੇਰ ਹੋਵਾਂਗੇ, ਸਹੀ ਗੱਲ ਹੈ। ਫਿਰ ਆਪਾਂ ਫੇਰ ਹੋਵਾਂਗੇ, ਅਗਲਾ ਆਪਣਾ ਅਸਲੀ ਰੂਪ ਦਿਖਾਊਗਾ ਉਦੋਂ। ਹੁਣ ਤਾਂ ਉਹਨਾਂ ਕੋਲ ਪਾਵਰ ਨਹੀਂ ਹੈ, ਫੇਰ ਵੀ ਉਹਨਾਂ ਦੇ ਬਹੁਤ ਜ਼ਿਆਦਾ ਕੰਮ ਜਿਹੜੇ ਹੈਗੇ ਉਹ ਚੱਲੀ ਜਾ ਰਹੇ ਨੇ ਬਿਨਾਂ ਪਾਵਰ ਤੋਂ ਵੀ। ਪਾਵਰ ਨਾਲ ਦੇਖੋ ਤੁਸੀਂ ਕਿ ਉਹ ਬਣਾਉਂਦੇ ਨੇ, ਠੀਕ ਹੈ ਇਮੋਸ਼ਨਲ ਬਲੈਕਮੇਲ ਕਰਦੇ ਨੇ, ਉਹ ਇਮੋਸ਼ਨਲ ਫੂਲ ਆਪਾਂ ਨਾ ਬਣੀਏ, ਕਿਉਂਕਿ ਡੂੰਘਾਈ ਨਾਲ ਹਰ ਚੀਜ਼ ਨੂੰ ਸੋਚਣ ਦੀ ਲੋੜ ਹੈ ਆਪਾਂ ਨੂੰ, ਹਰ ਚੀਜ਼ ਨੂੰ ਦੋਨੋਂ ਪਾਸਿਓਂ। ਮੈਂ ਇਹ ਨਹੀਂ ਕਹਿੰਦੀ ਵੀ ਮੇਰੇ ਨਾਲ ਆ ਕੇ ਖੜੋ, ਹੈ ਨਾ, ਵੀ ਜੋ ਵੀ ਇਹ ਬੋਲਦੇ ਨੇ ਉਹਨਾਂ ਨੂੰ ਡੂੰਘਾਈ ਨਾਲ ਸੋਚੋ ਵੀ ਕਿੱਧਰ ਨੂੰ, ਹੈ ਨਾ, ਕੀ ਹੈ ਵੀ ਇਹ ਸਹੀ ਬੋਲ ਰਹੇ ਨੇ, ਆਪਾਂ ਨੂੰ ਇਮੋਸ਼ਨਲ ਕਰਤਾ ਆਪਾਂ ਇਹਨਾਂ ਨਾਲ ਤੁਰ ਪਏ, ਇਹ ਠੀਕ ਨਹੀਂ ਹੈ, ਠੀਕ ਵੇ ਨਹੀਂ ਹੈਗਾ ਇਹ। ਜਿਹੜੇ ਲੋਕ ਹੁਣ ਇਹਦੇ ਪਿੱਛੇ ਜੁੜੇ ਆ ਅੱਖਾਂ ਬੰਦ ਕਰਕੇ ਭੀੜ ਚਾਲ, ਉਹਨਾਂ ਜੀ ਨੂੰ ਤੁਹਾਡਾ ਹੁਣ ਇਹੀ ਮੈਸੇਜ ਆ ਵੀ ਤੁਸੀਂ ਚਲੋ ਭਾਨੇ ਸਿੱਧੂ ਦਾ ਅਲੱਗ ਮੈਟਰ ਜਿਹੜਾ ਹੁਣ ਏਜੈਂਟਸ ਵਾਲਾ, ਹਨਾ, ਚਲੋ ਉਹਦੇ ਨਾਲ ਵੀ ਖੜੋ, ਪਰ ਭੈਣ ਹਰਮਨ ਸਵਾਮੀ ਦਾ ਇਹਨਾਂ ਦਾ ਕੇਸ ਵੀ ਦੇਖੋ, ਇਹਨਾਂ ਦਾ ਸਾਥ ਵੀ ਦਿਓ। ਜੀ ਸਭ ਨੂੰ ਇਹੀ ਬੇਨਤੀ ਆ, ਜੀ ਕਿਉਂਕਿ ਭੈਣ ਨੇ ਬੜੀ ਹਿੰਮਤ ਕੀਤੀ ਆ, ਹੁਣ ਸਾਹਮਣੇ ਆਏ ਲਾਈਵ ਆਏ ਨੇ, ਇਹਨਾਂ ਦਾ ਕੋਈ ਬ੍ਰਦਰ ਵੀ ਨਹੀਂ ਆ ਤੇ ਇਹਨਾਂ ਦੇ ਦਾਦਾ ਜੀ ਫਾਦਰ ਸਾਹਿਬ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਹੈ, ਤੇ ਦੋ ਭੈਣਾਂ ਵਿਚਾਰੀਆਂ, ਤੁਸੀਂ ਖੁਦ ਸੋਚ ਸਕਦੇ ਹੋ ਉਹਨਾਂ ਦੇ ਕੀ ਬੀਤਦੀ ਹੋਵੇਗੀ ਜਦੋਂ ਭਾਨਾ ਸਿੱਧੂ ਬਦਮਾਸ਼ ਲੈ ਕੇ ਇਹਦੀ ਜ਼ਮੀਨ ਤੇ ਬੈਠਦਾ ਹੈ। ਇਹ ਵਿਚਾਰੀਆਂ ਦੋ ਭੈਣਾਂ, ਫਿਰ ਵੀ ਇਹਨਾਂ ਨੇ ਇੰਨੀ ਹਿੰਮਤ ਕਰੀ, ਕਾਨੂੰਨ ਦਾ ਸਹਾਰਾ ਲਿਆ, ਹਾਈਕੋਰਟ ਤੱਕ ਗਏ, ਕਿੰਨੇ ਸਾਲਾਂ ਤੋਂ, 10 ਸਾਲਾਂ ਤੋਂ ਆਈ ਥਿੰਕ ਲੜ ਰਹੇ ਹੋ ਨਾ, 10 ਸਾਲ ਤੋਂ। ਹਾਂਜੀ ਜੀ, ਮਰਡਰ ਕੇਸ ਤੋਂ ਲੜਨਾ ਸ਼ੁਰੂ ਹੋਇਆ, ਉਹਦੇ ਨਾਲ ਜੁੜਦੇ ਗਏ ਜੁੜਦੇ ਗਏ, ਅੱਗੇ ਕੇਸ, ਮਰਡਰ ਕੇਸ ਵੀ ਵਿੱਚ ਉਹਦੀ ਇੱਕ ਐਪਲੀਕੇਸ਼ਨ ਤੁਸੀਂ ਮੰਨੋਗੇ ਨਹੀਂ ਸੁਪਰੀਮ ਕੋਰਟ ਤੱਕ ਚਲੀ ਗਈ ਸੀਗੀ ਅੱਛਾ ਮਰਡਰ ਕੇਸ ਦੇ ਵਿੱਚ। ਹਾਂਜੀ ਹਾਂ,
ਮੈਨੂੰ ਤਾਂ ਭਰੋਸਾ ਲੋਕਾਂ ਜਿਹੜੇ ਇਹਦੇ ਸੈਕਟਰ ਤੇ, ਪਿੱਛੇ ਮੈਨੂੰ ਕਾਨੂੰਨ ਤੇ ਭਰੋਸਾ ਹੈ। ਮੈਂ ਉਹਦੇ ਮੁਤਾਬਿਕ ਆਪਾਂ ਕਿਹੜਾ ਬਦਮਾਸ਼ੀ ਉੱਥੇ ਕਰਨੀ ਹੈ, ਨਾ ਆਪਾਂ ਕਰ ਸਕਦੇ ਹਾਂ, ਹੈ ਨਾ। ਨਾ ਮੈਂ ਲੜ ਸਕਦੀ ਹਾਂ ਵੀ 20-20 ਬੰਦੇ ਇਹ ਲੈ ਕੇ ਆਊਗਾ, ਮੈਂ ਉੱਥੇ ਖੜ ਕੇ ਲੜੂੰਗੀ ਵੀ ਕਿ ਨਹੀਂ ਜੀ, ਕਿਉਂਕਿ ਇਹਨਾਂ ਦਾ ਅਸਲੀ ਮਤਲਬ ਮੋਟਿਵ ਇਹੀ ਹੈ। ਕਈ ਵਾਰੀ ਇਹੋ ਜਿਹੇ ਬੰਦਿਆਂ ਨੂੰ ਭੇਜਦਾ ਵੀ ਜਿਨ੍ਹਾਂ ਦੀ ਨਾ ਸ਼ਨਾਖਤ ਹੁੰਦੀ ਹੈ ਨਾ ਕੁਛ ਹੈ, ਵੀ ਚਲਾ ਕੇ ਗੋਲੀਆਂ ਵੀ ਨਿਕਲ ਜਾਓ ਬਸ, ਸਾਨੂੰ ਕੌਣ ਅੱਛਾ ਪੁੱਛੂਗਾ ਫਿਰ ਬਾਅਦ ਦੇ ਵਿੱਚ। ਫਿਰ ਤਾਂ ਫਿਰ ਲੋਕ ਆ ਜਾਣਗੇ ਇਕੱਠੇ ਹੋ ਕੇ, ਹੈ ਨਾ, ਵੀ ਜਿਹਦੇ ਤੇ ਬਾਕੀ ਜਿਹਦੇ ਬੀਤਦੀ ਆ, ਜਿੰਨਾ ਹੋ ਰਿਹਾ ਉਹਨੂੰ ਪਤਾ, ਬਾਕੀ ਮੇਰੀ ਸਿਚੁਏਸ਼ਨ ਮੈਨੂੰ ਹੀ ਪਤਾ ਵੀ ਕਿੱਦਾਂ, ਹੈ ਨਾ, ਮੈਂ ਕਿਵੇਂ ਲੜ ਰਹੀ ਹਾਂ। ਹਰ ਹਰ ਟਾਈਮ ਜਿਹੜੀ ਟੈਨਸ਼ਨ ਹੁੰਦੀ ਹੈ ਦਿਮਾਗ ਤੇ ਪਿਛਲੇ 10 ਸਾਲਾਂ ਤੋਂ ਵੀ, ਕਿ ਭਾਈ ਆਪਾਂ ਇੱਥੇ ਨਹੀਂ ਜਾਣਾ, ਉੱਥੇ ਨਹੀਂ ਜਾਣਾ, ਆਪਣੀ ਸੇਫਟੀ ਕਰਨੀ ਹੈ, ਬਸ ਉਹ ਹੈ ਵੀ ਉਹ ਹਮੇਸ਼ਾ ਟੈਨਸ਼ਨ ਹੁੰਦੀ ਹੈ ਵੀ ਕਿ ਸੇਫਟੀ ਰਵੇ, ਕਿਉਂਕਿ ਇੰਨਾ ਕੋਈ ਲੰਬਾ ਚੌੜਾ ਪਰਿਵਾਰ ਤਾਂ ਹੈ ਨਹੀਂ। ਬਾਕੀ ਇਹਨਾਂ ਨੇ ਜਿਹੜੇ ਵੀ ਬੰਦੇ ਆਏ ਨੇ, ਹੈ ਨਾ, ਅੱਗੇ ਉਹਨਾਂ ਨੂੰ ਇਸ ਤਰੀਕੇ ਨਾਲ ਉਹਨਾਂ ਦਾ ਮਾਈਂਡ ਵਾਸ਼ ਕੀਤਾ, ਹੈ ਨਾ। ਅਗਲਾ ਇਹਨਾਂ ਦੇ ਕਾਗਜ਼ ਹੀ ਨਹੀਂ ਦੇਖਦਾ, ਅਗਲਾ ਕਹਿੰਦਾ ਤੁਹਾਡਾ ਸਮਝੌਤਾ ਕਰਾ ਦਿੰਦੇ ਆ, ਅੱਛਾ ਸਮਝੌਤਾ ਕੀ ਆ, ਕੇਸ ਵਾਪਸ ਲਓ, ਲਿਖ ਕੇ ਦੋ, ਕੋਈ ਇਹਦੇ ਚ ਕੋਈ ਧੱਕਾ ਤਾਂ ਨਹੀਂ ਵੀ ਅਸੀਂ ਇਹਨਾਂ ਨਾਲ ਇਹਨਾਂ ਚ ਲਿਖੀਏ, ਵੀ ਇੰਨਾ ਮੈਂਟਲੀ ਟੋਰਚਰ ਵੀ ਹੋਈਏ, ਹੈ ਨਾ, ਸਾਡੇ ਦੋ ਬੰਦੇ ਮਾਂ ਤੇ ਘਰ, ਘਰ ਦਾ ਘਰ ਕੀ ਰਹਿ ਗਿਆ ਹੁਣ ਮੇਰਾ, ਜਿਹੜੇ ਜਿਹੜੇ ਡੈਡੀ ਉਹਨਾਂ ਨੇ, ਜਿਹੜੇ ਦਾਦਾ ਜੀ ਉਹਨਾਂ ਨੇ ਚਾਹ ਜਿਹੜੇ ਹੁੰਦੇ ਆ, ਹੈ ਨਾ, ਉਹ ਕਰਨੇ ਸੀਗੇ, ਉਹ ਸਾਰੀ ਬਸ ਕੱਲੀ ਲੜਾਈ ਹੋਈ ਲੜੀ ਹੈ ਬਸ। ਉਸ ਤੋਂ ਬਾਅਦ ਸਾਡੀ ਜ਼ਿੰਦਗੀ ਚ ਇੱਕ ਮਿੰਟ ਵੀ ਸ਼ਾਂਤੀ ਨਹੀਂ, ਤੇ ਉਹਦਾ ਰੀਜ਼ਨ ਆਹੀ ਨੇ, ਪਾਲ ਕੌਰ, ਭਾਨਾ ਸਿੱਧੂ, ਅਮਨਾ ਤੇ ਜਿਹੜੇ ਵੀ ਇਹਦੇ ਨਾਲ ਦੇ ਹੈਗੇ ਨੇ ਮੈਂਬਰ, ਜਮਸ਼ੇਦ ਕੌਰ ਵਰਗੇ। ਨਹੀਂ, ਬਹੁਤ ਜੋ ਘਟੀਆ ਗੱਲ ਆ, ਦੁੱਖ ਦੀ ਗੱਲ ਆ, ਤੇ ਸਰਕਾਰ ਨੂੰ ਤੁਹਾਨੂੰ ਮਤਲਬ ਸਿਕਿਉਰਿਟੀ ਵੀ ਦੇਣੀ ਚਾਹੀਦੀ ਆ ਹੁਣ ਖਤਰਾ। ਸਿਕਿਉਰਿਟੀ ਦੇ ਲਈ ਹੀ ਮੈਂ ਹਾਈ ਕੋਰਟ ਦੇ ਵਿੱਚ ਰਿੱਟ ਪਾਈ ਸੀਗੀ, ਉਦੋਂ ਇਹ ਬਹੁਤ ਸਾਡੇ ਘਰ ਦੇ ਬਾਹਰ ਜਦੋਂ ਆ ਕੇ ਬੰਦੇ ਛੱਡਦਾ ਸੀ, ਵੀ ਕਦੋਂ ਬਾਹਰ ਨਿਕਲਦੇ ਆ ਅਸੀਂ, ਬਾਹਰ ਨਿਕਲਣਾ ਬੰਦ ਕਰਤਾ ਸੀ ਤੁਸੀਂ, ਇਹ ਦੇਖੋ ਵੀ ਡਰ ਡਰ ਕੇ ਬਾਹਰ ਨਿਕਲਣਾ, ਹੈ ਨਾ, ਕੋਈ ਸਮਾਨ ਵੀ ਲੈਣ ਜਾਣਾ ਤਾਂ ਦੂਜੇ ਨੇ ਫੋਨ ਕਰ ਹਾਂਜੀ ਦਿੰਦੇ ਦੁਕਾਨ ਵਾਲਿਆਂ ਨੂੰ, ਭਾਈ ਘਰੇ ਫੜਾ ਦੋ ਜਾਂ ਕੁਛ ਹੈ, ਬਾਹਰ ਮਤਲਬ ਸੋਚ ਕੇ ਜਾਣਾ। ਪਰ ਤੁਸੀਂ ਇਹ ਸੋਚੋ ਵੀ ਕਿ ਬਾਹਰ ਜਾਏ ਬਿਨਾਂ ਕਿੱਦਾਂ ਸਰ ਸਕਦਾ ਬੰਦੇ ਦਾ, ਹੈ ਨਾ, ਕਿੰਨੀ ਦੇਰ ਤੁਸੀਂ ਘਰ 'ਚ ਬੈਠੋਗੇ, 20 ਲੋੜਾਂ ਨੇ। ਤੇ ਉਦੋਂ ਅਸੀਂ ਹਾਂਜੀ ਲਾਈ ਸੀ ਹਾਈ ਕੋਰਟ ਰਿਟ, ਜਦੋਂ ਇਹਨਾਂ ਨੂੰ ਅਸੀਂ ਪੁਲਿਸ ਨੂੰ ਦਿੱਤੀ ਸੀ ਐਪਲੀਕੇਸ਼ਨ ਵੀ, ਭਾਈ ਐਂ ਕਰਕੇ ਗੱਲ ਹੈ ਵੀ ਸਾਨੂੰ ਸਿਕਿਉਰਿਟੀ ਦਓ, ਉਹਨਾਂ ਨੇ ਦਿੱਤੀ ਨਹੀਂ ਹੈਗੀ, ਤੇ ਫਿਰ ਮੈਂ ਹਾਈ ਕੋਰਟ, ਮੇਰੀ ਹਲੇ ਵੀ ਪੈਂਡਿੰਗ ਆ ਰਿਟ, ਮੈਂ ਹਾਈ ਕੋਰਟ ਦੇ ਵਿੱਚ ਰਿਟ ਲਾਈ ਸੀ। ਸਰਕਾਰਾਂ ਵੀ ਇਦਾਂ ਦੀਆਂ ਜਿਵੇਂ ਉਹ ਗੁਰਸਿਮਰਨ ਮੰਡ ਹੋ ਗਿਆ, ਬਿਲਕੁਲ ਖੱਚ ਤਰ੍ਹਾਂ ਦੇ ਬੰਦੇ ਹੋ ਗਏ, ਜਿਹੜੇ ਡਾਕਟਰ ਅੰਗਰੇਟਾ ਹੋ ਗਿਆ, ਇਹ ਜਿਹਨੂੰ ਸਿਕਿਉਰਿਟੀ ਦੇ ਦਿੰਦੇ ਆ ਜਿਨ੍ਹਾਂ ਨੂੰ ਅਸਲ ਵਿੱਚ ਲੋੜ ਆ, ਜਿਨ੍ਹਾਂ ਦੇ ਫਾਦਰ ਸਾਹਿਬ ਤੇ ਦਾਦਾ ਜੀ ਡੈਥ ਹੋਈ, ਜਿਨ੍ਹਾਂ ਨੂੰ ਲੋੜ ਆ, ਸਰਕਾਰ ਵੀ ਦੇਖਦੀ ਨੇ। ਇਨਫਲੂਐਂਸ਼ੀਅਲ ਬੰਦੇ ਨੇ ਜਿਹੜੇ, ਉਹ ਉਹਨਾਂ ਲਈ ਬਹੁਤ ਈਜ਼ੀ ਹੈ ਕਿਤੇ ਨਾ ਕਿਤੇ। ਹੁਣ ਲੱਖੇ ਸਿਧਾਨੇ ਨੂੰ ਸਿਕਿਉਰਿਟੀ ਮਿਲੀ ਹੋਈ ਹੈ ਨਾ, ਜਦਕਿ ਮੈਨੂੰ ਲੱਗਦਾ ਨਹੀਂ ਕੋਈ ਮਤਲਬ ਹੈ ਵੀ ਕਿ ਉਹਨੂੰ ਕੀ ਖਤਰਾ, ਉਹ ਆਪ ਹੀ ਐਡਾ ਆਪਣੇ ਆਪ ਨੂੰ ਸਮਝਦਾ, ਮੈਂ ਸੂਰਮਾ, ਹੈ ਨਾ, ਉਹਨੂੰ ਜਿਹੜਾ ਸਿਕਿਉਰਿਟੀ ਸਰਕਾਰ ਦੀ ਬੋਲੀ ਬੋਲੂਗਾ ਉਹਨੂੰ ਸਿਕਿਉਰਿਟੀ ਮਿਲੂਗੀ, ਜੋ ਬਿਲਕੁਲ ਸੱਚ ਬੋਲਦਾ ਉਹਨੂੰ ਕੁਝ ਨਹੀਂ, ਇੱਥੇ ਸੱਚ ਜੋ ਹੈ ਹੀ ਸਿਸਟਮ ਹੈ ਇੱਥੇ। ਬਹੁਤ ਹੀ ਘੱਟ ਲੋਕ ਨੇ ਸੱਚ ਬੋਲਣ ਵਾਲੇ। ਹੁਣ ਕੱਲ ਪਰਸੋਂ ਮੁਲਤਾਨੀ, ਡਾਕਟਰ ਮੁਲਤਾਨੀ ਦੇ ਇੰਟਰਵਿਊ ਮੈਂ ਦੇਖ ਰਹੀ ਸੀ, ਉਹਨਾਂ ਨੇ ਸੱਚ ਮਤਲਬ ਪੂਰਾ ਬੋਲਿਆ, ਹੈ ਨਾ, ਉਹਨਾਂ ਦੇ ਦੋਨੋਂ ਪਹਿਲੂ ਰੱਖੇ ਨੇ ਵੀ ਕਿਸ ਤਰੀਕੇ ਨਾਲ ਭਾਨਾ ਸਿੱਧੂ ਨੂੰ ਜਾਂ ਕੋਈ ਸਮਾਜ ਸੇਵੀਆਂ ਨੂੰ ਉਹਨਾਂ ਨੇ ਕਿਹਾ ਵੀ ਅਸੀਂ ਦੇਖਦੇ ਹਾਂ, ਉਹਨਾਂ ਦੇ ਇੰਟਰਵਿਊ ਕਾਫੀ ਵਧੀਆ ਸੁਣਨ ਵਾਲੀ ਹੈ। ਪਰ ਆਪਣੇ ਬੰਦੇ ਉਹਨਾਂ ਵੱਲ ਨਹੀਂ ਜਾਂਦੇ, ਆਪਣੇ ਬੰਦੇ ਜਾਂਦੇ ਨੇ ਆਹ ਹੋ ਗਿਆ ਜੀ ਰਾਜ ਸਿੰਘ ਖਾਲਸਾ, ਫਿਰ ਇਹ ਦੂਜੇ ਨੂੰ ਸਵਾਲ ਕਰਦੇ ਤੁਸੀਂ ਕੀ ਕੀਤਾ ਪੰਜਾਬ ਲਈ, ਤੁਸੀਂ ਦੱਸੋ ਨਾ ਵੀ ਭਾਨੇ ਸਿੱਧੂ ਨੇ ਕੀ ਕੀਤਾ ਵੀਡੀਓ ਪਾਉਣ ਤੋਂ ਇਲਾਵਾ, ਆਪ ਹੀ ਆਪਣੇ ਪੈਸੇ ਬਣਾ ਕੇ ਖਾਏ ਨੇ, ਉਹਦਾ ਉਹਦੇ ਚ ਕਿਸੇ ਦਾ ਕੀ ਉਹ ਫਾਇਦਾ ਵੈ, ਜੇ ਨਹੀਂ ਕਿਸੇ ਨੂੰ ਚਲੋ ਮਿਲ ਵੀ ਗਏ ਪੈਸੇ ਜੀ। ਜੋ ਮਰਜ਼ੀ ਕਰੇ, ਉਹਦੀ ਪਰਸਨਲ ਲਾਈਫ ਆਪਾਂ ਨਹੀਂ ਕੋ ਕਹਿੰਦੇ, ਪਰ ਜਿਹੜਾ ਤੁਹਾਡੇ ਵਾਲੇ ਮੁੱਦੇ ਜਾਂ ਤੁਹਾਨੂੰ ਉਹਨਾਂ ਨਾਲ ਟੋਰਚਰ ਕਰੇ, ਇੱਥੇ ਤੁਹਾਨੂੰ ਆ ਕੇ ਤੰਗ ਕਰੇ, ਬਿਲਕੁਲ ਮੈਨੂੰ ਕੋਈ ਮਤਲਬ ਨਹੀਂ, ਚਾਹੇ 10 ਲੱਖ ਖਾਏ ਜਾਏ, 100 ਲੱਖ ਖਾਏ ਜਾਏ, ਕਰੋੜ ਖਾਏ, ਜੋ ਜੋ ਮਰਜ਼ੀ ਮਰਜ਼ੀ ਖਾਏ, ਹੈ ਨਾ, ਜੋ ਮਰਜ਼ੀ ਖਾਏ, ਉਹ ਮੇਰੀ ਪ੍ਰੋਬਲਮ ਨਹੀਂ ਹੈਗੀ। ਗੱਲ ਇਹ ਹੈ ਵੀ ਕਿ ਤੁਸੀਂ ਸਾਡੀ ਲਾਈਫ ਕਿਉਂ ਇੰਨੀ ਹੈਲ ਬਣਾਈ ਹੋਈ ਹੈ, ਸਾਨੂੰ ਕਿਉਂ ਤੁਸੀਂ ਜੀਣ ਨਹੀਂ ਦੇ ਰਹੇ। ਇੱਕ ਤਾਂ ਤੁਸੀਂ ਬੈਠੇ ਹੋ ਨਜਾਇਜ਼ ਕਾਬਜ਼ ਉੱਥੇ ਹੈਗੇ ਹੋ, ਉੱਤੋਂ ਸਾਡੇ ਵੱਲ ਹੀ ਅੱਖਾਂ ਕਰਦੇ ਹੋ, ਤੁਹਾਨੂੰ ਚਾਹੀਦਾ ਕੀ ਹੈ ਵੀ ਕਿ ਲਿਖ ਕੇ ਦਿਓ, ਹੈ ਨਾ, ਕੇਸ ਵਾਪਸ ਲਓ। ਹਰ ਕੋਈ ਬੰਦਾ ਕਹਿੰਦਾ ਅਸੀਂ ਕਰਾ ਦਿੰਦੇ ਹਾਂ ਸਮਝੌਤਾ, ਅਸੀਂ ਸਮਝੌਤਾ ਕੀ ਫਿਰ, ਇਹਦਾ ਤਾਂ ਕੋਈ ਮਤਲਬ ਬਣਦਾ ਨਹੀਂ ਨਾ। ਜਿਹੜੇ ਹੁਣ ਆਪਣੀ ਵੀਡੀਓ ਵੀ ਦੇਖ ਰਹੇ, ਇਹਨਾਂ ਨੂੰ ਵੀ ਇਹੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤੇ ਭੈਣ ਦਾ ਵੱਧ ਤੋਂ ਵੱਧ ਡਟ ਕੇ ਸਾਥ ਦਿਓ, ਇਕੱਠੇ ਹੋ ਕੇ ਕੋਈ ਹੰਬੜਾ ਮਾਰਨਾ ਪੈਣਾ ਤਾਂ ਜੋ ਆਪਾਂ ਸੱਚ ਦੇ ਨਾਲ ਖੜ ਸਕੀਏ।
ਕਿਉਂਕਿ ਅਸੀਂ ਵੀ ਪਹਿਲਾਂ ਭਾਨੇ ਸਿੱਧੂ ਦੀ ਸਪੋਰਟ ਕੀਤੀ ਹੈ ਜਿੱਦਣ ਫਾੜ ਹੋਇਆ। ਸਾਰਿਆਂ ਨਾਲ ਪਹਿਲੀ ਵੀਡੀਓ ਮੈਂ ਪਾਈ ਸੀ ਲੱਖੇ ਤੋਂ ਬਾਅਦ, ਲੱਖਾ ਲਾਈਵ ਹੋਇਆ ਤੋਂ ਬਾਅਦ ਉਹਦੇ ਹੱਕ 'ਚ ਮੈਂ ਵੀਡੀਓ ਪਾਈ ਸੀ। ਪਰ ਹੁਣ ਚਲੋ ਵਧੀਆ ਕੰਮ ਵੀ ਕਰਦਾ ਸੀ, ਆਪਾਂ ਨਹੀਂ ਕਹਿ ਸਕਦੇ, ਪਰ ਜਿੱਥੇ ਗਲਤ ਆ ਫਿਰ ਗਲਤ ਆ ਬੰਦਾ, ਉਹ ਉੱਥੇ ਤਾਂ ਰੱਬ ਹੀ ਸੱਚ ਨਾਲ ਹਾਂ, ਉਹ ਤਾਂ ਵਿਗੜਨਾ ਰੱਬ ਨੂੰ ਚਾਹੀਦਾ, ਪਤਾ ਵੀ ਕੌਣ ਕੀ ਕਿਉਂਕਿ ਕਰਦਾ। ਪਰਮਾਤਮਾ ਨੂੰ ਜਾਣਦੇ ਨੇ। 24 ਘੰਟੇ ਨਹੀਂ ਪਿੱਛੇ ਲੱਗਿਆ, ਨਾਲੇ ਜੋ ਮਰਜ਼ੀ ਕਰੇ, ਪਰਸਨਲ ਲਾਈਫ ਆ ਉਹ ਲੋਕਾਂ ਦੇ ਅੱਗੇ ਆ ਹੀ ਜਾਣੀ ਹੈ। ਬਾਕੀ ਗੱਲ ਹੈ ਵੀ ਕਿ ਮੈਨੂੰ ਇੰਨਾ ਟੌਰਚਰ ਕੀਤਾ ਹੋਇਆ, ਉਹ ਆਪਣਾ ਇਹ ਸਿਸਟਮ ਬੰਦ ਕਰਨ, ਇਹ ਹਟ ਜਾਣ ਇਹ ਗੱਲਾਂ ਤੋਂ, ਬਸ ਇਹੀ ਹੈ ਵੀ ਕਿ ਹਲੇ ਵੀ ਹਟ ਜਾਓ, ਹਲੇ ਵੀ ਹਟ ਜਾਓ, ਬਹੁਤ ਹੋ ਗਿਆ ਹੁਣ। ਹਾਂਜੀ ਮਤਲਬ ਇਹ ਡਬਲ ਫੇਸਡ ਚਿਹਰੇ ਨਹੀਂ ਨਾ ਚੱਲਣੇ ਕਿ ਇੱਕ ਪਾਸੇ ਤੁਸੀਂ ਆਪਾਂ ਕਹਿੰਦੇ ਵੀ ਆਪਾਂ ਐਂ ਕਰਦੇ ਹਾਂ ਤੇ ਦੂਜੇ ਪਾਸੇ ਤੁਸੀਂ ਇਹੀ ਜਿਹੀ ਨੀਚ ਹਰਕਤਾਂ ਕਰ ਰਹੇ ਹੋ, ਆ ਕੇ ਲੋਕਾਂ ਨੂੰ ਡਰਾ ਰਹੇ ਹੋ, ਆਪਣੇ ਪਾਵਰ ਦਾ ਇਸਤੇਮਾਲ ਤੁਸੀਂ ਕਰ ਰਹੇ ਹੋ, ਇਹ 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 ਡਬਲ ਸਟੈਂਡਰਡਸ ਨੇ। ਜੇ ਚੰਗੇ ਬਣਨਾ ਹੈ ਵਧੀਆ ਗਲਤ ਚੰਗੇ ਹੈ। ਬਣੋ, ਸਮਾਜ ਲਈ ਕਰੋ, ਕੋਈ ਉਹ ਨਹੀਂ ਹੈ, ਆਪਣੇ ਚੰਗੇ ਰਾਹ ਤੇ ਚੱਲੋ, ਬਟ ਡਬਲ ਫੇਸਡ ਨਾ ਰਹੋ, ਆਪਣੇ ਡਬਲ ਸਟੈਂਡਰਡਾਂ ਗੋਲੀ ਨੂੰ। ਨੀਤੀ ਬਣਾਉਂਦੇ ਨੇ। ਬਿਲਕੁਲ ਉਹੀ ਹੈ, ਹਾਂ ਜਿੱਥੇ ਆਪਣਾ ਲੋਟ ਹੁੰਦਾ ਉੱਥੇ ਉਦਾਂ ਕਰ ਲਿਆ, ਹੈ ਨਾ, ਜਿੱਥੇ ਜਿੱਥੇ ਆਪਣਾ ਦੂਜਾ ਕੰਮ ਲੋਟ ਆਉਂਦਾ ਉੱਥੇ ਉਦਾਂ ਕਰ ਲਿਆ, ਇਹ ਗੱਲ ਹੈ ਬਸ। ਹਾਂਜੀ ਬਾਕੀ ਜਿਹੜੀ ਆਪਣੀ ਗੱਲਬਾਤ ਸੀਗੀ ਉਹ ਆਪਾਂ ਮੇਨਲੀ ਕਾਰੀ ਲਈ, ਬਹੁਤ ਲੋਕਾਂ ਦੇ ਡਾਊਟ ਵੀ ਤੇ ਇੱਕ ਹੋਰ ਲਾਸਟ ਸਵਾਲ ਹੈ ਜੀ ਮੇਰਾ, ਥੋੜਾ ਜੀ। ਨੈਟਵਰਕ ਟੁੱਟ ਰਿਹਾ। ਜਿਹੜੇ ਲੋਕ ਕਹਿ ਰਹੇ ਨੇ ਵੀ ਕੁੜੀ ਇਹ ਪਹਿਲਾਂ ਕਿਉਂ ਨਹੀਂ ਆਈ, ਵੀ ਹੁਣ ਜਦੋਂ ਭਾਨਾ ਅੰਦਰ ਗਿਆ ਵੀ ਉਦੋਂ ਨਹੀਂ, ਇਹ ਮੈਂ ਕਿਉਂ ਬੋਲ ਰਹੀ ਆ ਵੀ। ਜਿਹੜੀ ਮੇਰੀ ਭੈਣ ਨੇ ਵੀਡੀਓ ਪਾਈ ਸੀਗੀ ਪਿਛਲੇ ਅਕਤੂਬਰ ਨਵੰਬਰ ਦੀ ਗੱਲ ਹੈ 2022 ਦੀ, ਜਦੋਂ ਹਾਂਜੀ ਉਹ ਸਾਨੇ ਜਦੋਂ ਅਸੀਂ ਜਦੋਂ ਮੈਂ ਦੱਸਿਆ ਇਹਨੇ ਸਾਡੇ ਨੌਕਰ ਨਾਲ ਪੰਗਾ ਲਿਆ ਆ ਕੇ, ਹੈ ਨਾ, ਗਾਲਾਂ ਗੁਲਾਂ ਕੱਢੀਆਂ, ਉਹਨੂੰ ਕੁੱਟਮਾਰ ਕੀਤੀ ਹੈ, ਹਾਂਜੀ ਸਾਡਾ ਕੰਮ ਇਹਨੇ ਆ ਕੇ ਰੋਕਤਾ, ਤੇ ਹਾਂਜੀ ਉਦੋਂ ਅਸੀਂ ਪੁਲਿਸ ਨੂੰ ਫੋਨ ਕੀਤਾ। ਮੈਂ ਤੁਹਾਨੂੰ ਦੱਸਿਆ ਵੀ ਪੁਲਿਸ ਨੇ ਉਸ ਟਾਈਮ ਤੇ ਕੋਈ ਇਹਨੂੰ ਰੋਕਿਆ ਨਹੀਂ, ਕੋਈ ਕਾਰਵਾਈ ਨਹੀਂ ਕੀਤੀ ਹੈਗੀ ਇੰਸਟੈਂਟ। ਫਿਰ ਉਹਦੇ ਦਿਮਾਗ ਦੇ ਵਿੱਚ ਆਇਆ ਵੀ ਵੀ ਸਾਡੇ ਘਰ ਦੇ ਬਾਹਰ ਵੀ ਬੰਦੇ ਆਉਣ ਲੱਗ ਗਏ, ਹੈ ਨਾ, ਇੱਕ ਦੋ ਦਿਨ ਤਾਂ ਦੇਖਿਆ ਵੀ ਬਣ ਕੇ ਰਹੀ ਹੈ, ਅਸੀਂ ਕਿਹੜਾ ਮਤਲਬ ਐਡਾ ਵੀ ਨਹੀਂ ਸੋਚਿਆ ਕਦੇ ਵੀ ਕਿ ਬਿਲਕੁਲ ਬਣ ਹੀ ਗਿਆ। ਤੇ ਉਦੋਂ ਬਾਅਦ ਮੇਰੀ ਸਿਸਟਰ ਨੇ ਉਹ ਵੀਡੀਓ ਪਾਈ ਸੀ ਵੀ ਸਾਨੂੰ ਜੇ ਕੁਝ ਹੋ ਜਾਂਦਾ ਤਾਂ ਆ ਆ ਬੰਦੇ ਜ਼ਿੰਮੇਵਾਰ ਹੋਣਗੇ, ਕਿਉਂਕਿ ਉਦੋਂ ਇੰਨਾ ਥ੍ਰੈਟ ਸੀਗਾ, ਇੰਨਾ ਥ੍ਰੈਟ ਸੀ, ਤੇ ਸਾਡੇ ਕੋਲ ਕੋਈ ਆਪਸ਼ਨ ਨਹੀਂ ਸੀਗੀ, ਅਦਰਵਾਈਜ਼ ਅਸੀਂ ਥੋੜਾ ਦੂਰ ਰੱਖਦੇ ਹਾਂ ਆਪਣੀ ਪਰਸਨਲ ਲਾਈਫ, ਹੈ ਨਾ, ਸੋਸ਼ਲ ਮੀਡੀਆ ਨਾ ਯੂਜ਼ ਨਹੀਂ ਕਰਦੇ। ਉਹ ਵੀਡੀਓ 2022 ਨਵੰਬਰ ਦੀ ਪਾਈ ਹੋਈ ਆ ਜਦੋਂ ਇਹਨੇ ਰੀਸੈਂਟ ਪੰਗਾ ਲਿੱਤਾ। ਬਾਕੀ ਕੇਸ ਤਾਂ ਮੈਂ ਇਹਦੇ ਨਾਲ 2015 ਤੋਂ ਲੜ ਰਹੀ ਹਾਂ, ਉਹ ਕੋਈ ਇਹ ਨਹੀਂ ਹੈ ਵੀ ਮੈਂ ਹੁਣ ਆ ਗਈ ਬਾਹਰ ਜਾਂ ਕੁਛ ਹੈ, ਇਹ ਤਾਂ ਲੋਕਾਂ ਦੇ ਮਤਲਬ ਸੋਚਣੀ ਹੈ, ਉਹਨਾਂ ਨੇ ਚਾਹੇ ਜੋ ਮਰਜ਼ੀ ਕਰੇ ਭਾਨਾ, ਉਹਨਾਂ ਨੂੰ ਠੀਕ ਕਹਿਣਾ, ਜਿਨ੍ਹਾਂ ਨੇ ਉਹਨਾਂ ਨੂੰ ਕਹਿਣਾ, ਉਹਨਾਂ ਨੂੰ ਕੋਈ ਸਮਝਾ ਨਹੀਂ ਸਕਦਾ, ਠੀਕ ਹੈ। ਉਹ ਠੀਕ ਜੇ ਹੈ। ਉਹ ਵੀਡੀਓਜ਼ ਦੀ ਗੱਲ ਹੈ ਤਾਂ ਨਵੰਬਰ 2022 ਦੀ ਪਹਿਲੀ ਵੀਡੀਓ ਮੇਰੀ ਭੈਣ ਨੇ ਪਾਈ ਸੀ, ਜਦੋਂ ਬਹੁਤ ਜ਼ਿਆਦਾ ਥ੍ਰੈਟ ਸੀਗਾ, ਸਾਨੂੰ ਇਹ ਨਹੀਂ ਪਤਾ ਸੀ ਵੀ ਕਿੱਥੋਂ ਬਾਹਰ ਨਿਕਲੀਏ। ਘਰ ਦੇ ਬਾਹਰ ਲੋਕੀ ਬੈਲ ਵਜਾ ਕੇ ਸਾਨੂੰ ਮਤਲਬ ਉਹਨਾਂ ਦੇ ਇਹ ਹੁੰਦਾ ਸੀ ਵੀ ਕਿ ਕੋਈ ਵਿੱਚ ਉਹਨਾਂ ਦੇ ਵੈਪਨ ਹੈਗਾ ਉਹਨਾਂ ਦੀ ਜੇਬ ਦੇ ਵਿੱਚ, ਇਹੋ ਜਿਹੇ ਜਿਨ੍ਹਾਂ ਬੰਦਿਆਂ ਨੂੰ ਦੇਖਿਆ ਵੀ ਨਹੀਂ, ਉਹ ਜਿਹੇ ਬੰਦੇ ਆ ਕੇ ਸਾਡੀ ਬੈਲਾਂ ਮਾਰ ਦਿਓ, ਇੱਕ ਵਾਰੀ ਇਹ ਗੇਟ ਖੋਲ ਦੇਣ, ਹੈ ਨਾ, ਵੀ ਮਾਰੀਓ ਗੋਲੀਆਂ ਕੁਛ ਹੈ, ਇਹੋ ਜਿਹੇ ਇੰਸੀਡੈਂਟ ਸੀਗੇ, ਤਾਂ ਮੇਰੀ ਭੈਣ ਨੇ ਉਦੋਂ ਪਾਈ ਸੀਗੀ ਵੀ ਆਹ ਬੰਦੇ ਜ਼ਿੰਮੇਵਾਰ ਹੋਣਗੇ ਜੇ ਸਾਨੂੰ ਕੱਲ ਨੂੰ ਕੁਛ ਹੋ ਜਾਂਦਾ। ਉਹ ਵੀਡੀਓ ਮਤਲਬ ਬਹੁਤ ਚੱਲੀ ਉਹਨਾਂ ਜੀ। ਲੋਕਾਂ ਨੂੰ ਜਵਾਬ ਹੈ ਜਿਹੜੇ ਕਹਿੰਦੇ ਨੇ ਵੀ ਇਹ ਤਾਂ ਹੁਣੇ ਬੋਲਣ ਲੱਗੀ ਆ, ਨਹੀਂ ਨਹੀਂ ਵੀ ਇਹ ਕਈ ਨਹੀਂ ਜੀ, ਸਾਲਾਂ 10 ਸਾਲਾਂ ਤੋਂ ਲੜ ਰਹੇ ਨੇ ਉਦਾਂ ਤੇ ਲੋਕਾਂ ਨੂੰ ਇਹ ਜਵਾਬ ਹੈ ਵੀ ਤੁਸੀਂ ਉਦੋਂ ਭਾਨਾ ਸਿੱਧੂ ਨੂੰ ਜਾਣਦੇ ਵੀ ਨਹੀਂ ਹੋਵੋਗੇ ਜਦੋਂ ਤੋਂ ਮੈਂ ਇਹਨਾਂ ਨਾਲ ਲੜ ਰਹੀ ਹਾਂ, ਇਹ ਹੁਣ ਸਟਾਰ ਬਣ ਗਿਆ, ਠੀਕ ਹੈ, ਆਪਣੀ ਫੈਨ ਫੋਲੋਇੰਗ ਦਾ ਸਹੀ ਇਸਤੇਮਾਲ ਕਰੇ, ਜ਼ਿਆਦਾ ਬੈਟਰ ਹੈ ਭਾਨੇ ਸਿੱਧੂ ਲਈ ਵੀ, ਆਪਣੇ ਪਾਵਰ ਦਾ ਜਾਂ ਜ਼ਿਆਦਾ ਗਲਤ ਇਸਤੇਮਾਲ ਨਾ ਕਰੇ, ਕਿਸੇ ਦੇ ਵੀ ਨਾ ਕਰੇ, ਮੇਰੇ ਤੇ ਕੀ ਨਾ ਸਾਲ ਕਿਸੇ ਦੇ ਵੀ ਨਹੀਂ ਕਰਨਾ ਚਾਹੀਦਾ, ਗਰੀਬ ਤੇ ਕੋਈ ਬੰਦੇ ਤੇ, ਹੈ ਨਾ, ਜਿੱਥੇ ਇਹਨੂੰ ਲੱਗਦਾ ਹੈ ਜਾਂ ਕੋਈ ਵੀ ਚੀਜ਼ ਤੇ ਗਲਤ ਇਸਤੇਮਾਲ ਨਹੀਂ ਕਰਨਾ ਚਾਹੀਦਾ। ਜੇ ਪਾਵਰ ਦਿੱਤੀ ਹੈ ਰੱਬ ਨੇ ਤਾਂ ਸਹੀ ਡਾਇਰੈਕਸ਼ਨ ਦੇ ਵਿੱਚ ਉਹਨੂੰ ਯੂਜ਼ ਕਰੋ, ਠੀਕ ਹੈ, ਹਾਂਜੀ ਫੋਲੋਅਰਸ ਦਿੱਤੇ ਨੇ ਸਹੀ ਡਾਇਰੈਕਸ਼ਨ 'ਚ ਉਹਨੂੰ ਯੂਜ਼ ਕਰੋ। ਚਲੋ ਠੀਕ ਆ, ਮਤਲਬ ਸਭ ਨੂੰ ਇਹੀ ਬੇਨਤੀ ਆ ਕਿ ਭੈਣ ਹਰਮਨ ਸਵਾਮੀ ਪਟਿਆਲਾ ਪਿੰਡ ਤੇਜਾ ਤੋਂ ਆ, ਤੇ ਇਹਨਾਂ ਦਾ ਵੱਧ ਤੋਂ ਵੱਧ ਸਾਥ ਦਿਓ, ਤੇ ਕਾਨੂੰਨ ਤੇ ਸਰਕਾਰ ਨੂੰ ਵੀ ਇਹੀ ਮੰਗ ਆਪਾਂ ਮੰਗ ਕਰਦੇ ਹਾਂ ਕਿ ਤੁਸੀਂ ਜੋ ਇਹਨਾਂ ਨਿਰਪੱਖ ਹੋ ਕੇ ਇਹਨਾਂ ਨਾਲ ਫੈਸਲਾ ਕਰੋ, ਇਹਨਾਂ ਦੇ ਕੇਸ ਤੇ ਵੀ ਧਿਆਨ ਦੇਣ, ਹਨ ਤਾਂ ਵੀ ਚਲੋ ਬਾਕੀ ਪਰਮਾਤਮਾ ਦੇਖਦਾ, ਐਟ ਦਾ ਐਂਡ ਸੱਚ ਦੀ ਜਿੱਤ ਹੋਣੀ ਆ। ਹਾਂਜੀ ਹਾਂ, ਬਿਲਕੁਲ
ਬਿਲਕੁਲ, ਪਰਮਾਤਮਾ ਤੇ ਭਰੋਸਾ, ਪਰਮਾਤਮਾ ਇੱਥੇ ਤੱਕ ਲੈ ਕੇ ਆਇਆ ਮੈਨੂੰ, ਮੇਰੇ ਪਰਿਵਾਰ ਨੂੰ ਬਹੁਤ ਹਿੰਮਤ ਦਿੱਤੀ ਹੈ, ਤੇ ਹਾਂਜੀ ਅੱਗੇ ਵੀ ਲੜਦੇ ਰਵਾਂਗੇ, ਜੋ ਵੀ ਕਾਨੂੰਨ ਦਾ ਪ੍ਰੋਸੈਸ ਹੈ ਅਸੀਂ ਤਾਂ ਕਾਨੂੰਨ ਦੇ ਵਿੱਚ ਰਹਿ ਕੇ ਲੜਨਾ ਹੈ ਨਾ, ਹਾਂਜੀ ਤੇ ਹਾਂਜੀ ਬਸ ਆਹੀ ਜਿਹੜੀਆਂ ਗੱਲਾਂ ਸੀਗੀਆਂ ਮੈਂ ਕਰਨੀਆਂ ਸੀ ਤੁਹਾਡੇ ਨਾਲ ਸ਼ੇਅਰ ਆਪਾਂ ਕਰੀਆਂ, ਪਤਾ ਤੇ ਥੈਂਕ ਨਹੀਂ ਯੂ ਕਿੱਥੋਂ ਆ ਜਾਂਦੇ ਆ ਕਮੈਂਟ ਵਾਲੇ, ਇਹ ਪਤਾ ਨਹੀਂ ਉਹਦੀਆਂ ਭੇਡਾਂ, ਮੈਂ ਜਾਣਦਾ ਵੀ ਨਹੀਂ, ਕਹਿੰਦਾ ਤੂੰ ਲੋਕਾਂ ਦੇ ਬੜੇ ਪੈਸੇ ਖਾਧੇ ਆ, ਉਹ ਕੋਈ ਗੱਲ ਕਿਹੜੇ ਨਹੀਂ, ਭਰਾਵਾ, ਮੈਂ ਅੱਜ ਤੱਕ ਕਿਸੇ ਦਾ 1 ਰੁਪਿਆ ਮੈਨੂੰ ਤੂੰ ਪ੍ਰੂਫ ਦੇ ਦੇ ਕਿਸੇ ਦਾ ਖਾਧਾ ਹੋਵੇ, ਇਹ ਇਹ ਪਤਾ ਇਹਨਾਂ ਨਹੀਂ ਦੇ ਕਿੱਥੋਂ ਆ ਸਾਨੂੰ ਜਾਂਦਾ ਸਪਲਾਈ ਗੈਸ। ਨਹੀਂ ਪਈ, ਇਹਨਾਂ ਦੇ ਮੁਤਾਬਕ ਮੈਂ ਵੀ ਸਰਕਾਰ ਦਾ ਬੰਦਾ ਹੈ, ਇਹਨਾਂ ਦੇ ਮੁਤਾਬਕ ਮੈਂ ਖਰੀਦੀ ਹੋਈ ਹੈ ਕਿਸੇ ਤੋਂ, ਇਹਨਾਂ ਦੇ ਹਾਂ ਮੁਤਾਬਕ ਸਾਰੇ ਵਿਕੇ ਹੋਏ ਨੇ, ਇਹਨਾਂ ਦਾ ਕੋਈ ਇਲਾਜ ਨਹੀਂ ਹੈ ਇਹੋ ਜਿਹੇ ਬੰਦਿਆਂ ਦਾ, ਹਾਂ ਇਹਨਾਂ ਨੂੰ ਕੁਛ ਨਹੀਂ ਕਹਿ ਸਕਦੇ, ਤਾਂ ਇਹਨਾਂ ਨੂੰ ਇਗਨੋਰ ਹੀ ਠੀਕ ਹੈ, ਬਸ ਬਸ ਜਸਟ ਇਗਨੋਰ ਇਹਨਾਂ ਨੂੰ, ਦੱਸ ਬੰਦਿਆਂ ਨੂੰ ਨੇ ਚੱਕ ਕੇ ਬੂਥਾ ਆ ਜਾਂਦੇ ਇੱਥੇ, ਕੋਈ ਚੱਕਰ ਨਹੀਂ। ਮੈਂ ਚਲੋ ਕੋਈ ਥੈਂਕ ਯੂ ਕਰਨਾ ਚਾਹੂੰਗੀ ਤੁਹਾਡਾ, ਤੁਸੀਂ ਮਤਲਬ ਪਹਿਲੀ ਵਾਰ ਐਫਰਟ ਕੀਤਾ ਹੈ ਨਾ, ਤੇ ਮੈਨੂੰ ਲਿਆ ਨਹੀਂ ਲਾਈਨ ਤੇ ਆਪਾਂ ਗੱਲਾਂ ਸੁਣੀਆਂ। ਨਾ ਆਪਾਂ ਨਾ ਭਾਨੇ ਦੇ ਖਿਲਾਫ ਆ ਨਾ ਤੁਹਾਡੇ ਖਿਲਾਫ, ਆਪਾਂ ਇੱਕ ਸੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ, ਜੀ, ਆਪਣੀ ਨਾ ਕਿਸੇ ਨਾਲ ਨਿੱਜੀ ਦੁਸ਼ਮਣੀ ਆ, ਜੀ ਸਿਰਫ ਜੋ ਆਪਣੇ ਗੁਰੂ ਸਾਹਿਬਾਨ ਨੇ ਸਿਖਾਇਆ ਵੀ ਹੱਕ ਸੱਚ ਨਾਲ ਖੜਨਾ, ਜ਼ੁਲਮ ਦੇ ਖਿਲਾਫ ਲੜਨਾ, ਆਪਾਂ ਉਹਦੇ ਕਰਕੇ ਭੈਣ ਤੁਹਾਡੇ ਨਾਲ ਲੜਾਈ ਹੋਏ ਵੀ ਸੱਚਾਈ ਕੀ ਆ ਲੋਕਾਂ ਸਾਹਮਣੇ ਆ ਸਕੇ, ਤੇ ਭਾਨੇ ਸਿੱਧੂ ਦੀ ਉਹ ਸੱਚਾਈ ਉਹ ਨਸ਼ਰ ਹੋ ਸਕੇ, ਬਸ ਜੀ ਇਹ ਹੋਰ ਜੀ ਕੋਈ ਆਪਣਾ ਮਕਸਦ ਨਹੀਂ। ਬਹੁਤ ਵਧੀਆ ਤੁਹਾਡਾ ਐਫਰਟ, ਤੁਸੀਂ ਵਧੀਆ ਕੰਮ ਕਰਦੇ ਹੋ, ਗੁ੡ ਲੱਕ ਹੈ ਤੁਹਾਨੂੰ, ਹੈ ਨਾ, ਤੇ ਧੰਨਵਾਦ ਹੈ ਤੁਹਾਡਾ ਵੀਰੇ, ਤੁਸੀਂ ਠੀਕ ਹੈ, ਬਹੁਤ ਐਫਰਟ ਕਰਿਆ, ਵਾਹਿਗੁਰੂ ਜੀ ਕਾ ਥੈਂਕ ਯੂ, ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ, ਫਤਿਹ, ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।